1600 ਇਹ ਤਾਂ ਸਟਾਕ ਕਲੀਅਰੈਂਸ ਸੇਲ ਨਹੀਂ ਸੀਗੀ। 1600 ਦੀ ਮੈਮ ਦੋ ਜੈਕਟਾਂ, 1600 ਦੀ ਦੋ ਜੈਕਟਾਂ, ਫਿਰ ਵੀ ਸਟਾਕ 1600 ਦੀ ਤਿੰਨ, 1600 ਦੀ ਤਿੰਨ ਜੈਕਟਾਂ। ਇਹ ਤੁਸੀਂ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਮੈਨੂੰ ਦੇਖ ਕੇ ਤੇ ਕੈਮਰਾ? ਨਹੀਂ ਨਹੀਂ ਮੈਮ, 1600 ਦੀ ਤਿੰਨ ਜੈਕਟਾਂ ਤੁਹਾਨੂੰ ਇੱਕ ਨਹੀਂ ਤਿੰਨ ਤਿੰਨ ਜੈਕਟਾਂ 1600 ਦੇ ਪ੍ਰਾਈਜ਼ ਮਿਲਣ ਵਾਲੀ ਹੈ। ਤੇ ਇਹਨਾਂ ਨੇ ਸਾਰੀ ਸਾਰੀ ਜੈਕਟਾਂ ਸਿੱਟੀਆਂ ਨੇ, ਤੁਹਾਨੂੰ ਜਸਟ ਕਲਰ ਦਾ ਨਾਮ ਦੇਣਾ, ਸਟਾਈਲ ਦਾ ਨਾਮ ਦੇਣਾ, ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਇੱਥੇ ਮਿਲ ਜੂਗੀ। ਦੋ ਦੀ ਥਾਂ ਤੇ ਹੋਗੀ ਚਾਰ ਜੈਕਟਾਂ, 1800 ਦੇ ਵਿੱਚ ਚਾਰ ਜੈਕਟਾਂ ਮਿਲ ਰਹੀਆਂ ਤੁਹਾਨੂੰ। ਜੈਕਟ 3-5XL ਇਹਦਾ ਸਿਰਫ ਪ੍ਰਾਈਜ਼ ਹੈਗਾ 1749 ਰੁਪਏ, ਇੱਕ ਨਾ ਇੱਕ ਫ੍ਰੀ ਹੈ। ਵਰਾਇਟੀ ਤਾਂ ਬਹੁਤ ਅੱਛੀ ਲੱਗ ਰਹੀ ਹੈ, ਸੋਹਣੀ ਲੱਗ ਰਹੀ ਹੈ। ਨਹੀਂ ਪਹਿਲਾਂ ਵੀ ਮੇਰੇ ਹਸਬੈਂਡ ਨਾਲ ਮੈਂ ਆਉਂਦੀ ਹਾਂ, ਪਰ ਮੈਂ ਜੈਕਟ ਖਰੀਦਣ ਪਹਿਲੀ ਵਾਰੀ ਆਈ ਹਾਂ। ਐਕਸਪਲੋਰ ਹੈ 30-44 ਸਾਈਜ਼, ਇੱਕ ਨਾ ਇੱਕ ਫ੍ਰੀ, 1400 ਰੁਪਏ ਦੋ। ਸਾਰਾ ਕੁਛ ਇੱਕ ਨਾਲ ਇੱਕ ਫ੍ਰੀ ਹੈ, ਇੱਕ ਨਾਲ ਇੱਕ ਫ੍ਰੀ ਹੈ, ਚੱਕੀ ਜਾਓ ਬਸ, ਆ ਜਾਓ ਛੇਤੀ ਤੋਂ ਛੇਤੀ, ਹੋਰ ਕਿਤੇ ਜਾਂਦੇ ਹੋ? 1400 ਰੁਪਏ ਦੋ। ਪ੍ਰੋਪਰ ਸੈੱਟ ਅਲੋਂਗ ਵਿਦ ਤੁਹਾਨੂੰ ਇਹਦੇ ਨਾਲ ਇਹ ਸ਼ਾਲ ਵੀ ਮਿਲਣ ਵਾਲੀ ਹੈ, ਤੇ ਨਾਲ ਪਲਾਜ਼ੋ ਵੀ ਮਿਲਣ ਵਾਲਾ, ਤੇ ਨਾਲ ਤੁਹਾਨੂੰ ਪੂਰਾ ਦਾ ਪ੍ਰੋਪਰ ਸੂਟ 700 ਦਾ ਪੈਣ ਵਾਲਾ, 1400 ਦੇ ਦੋ। 1100 ਰੁਪਏ ਕਰਾਚੀ ਸੂਟ, 1100 ਇੱਕ ਸਟੋਲ ਵਿਦ ਪਲਾਜ਼ੋ, 1100 ਦਾ ਇੱਕ ਸੀ, 1100। ਹਾਂਜੀ 1100 ਰੁਪਏ ਦੋ ਜੀ। ਵੁਲਨ ਟੌਪ ਹੈ 1200 ਰੁਪਏ ਦੋ। ਆਪਣੇ ਰੇਟ ਬਹੁਤ ਜੈਨੂਅਲ ਨੇ, ਇਹ ਨਹੀਂ ਵੀ ਹੁਣ ਤੂੰ 1200 ਰੁਪਏ ਦੋ ਦੇ ਰਿਹਾ, ਮਾਰਕੀਟ ਦੇ ਵਿੱਚ 1000-1100 ਰੁਪਏ ਸਿੰਗਲ ਪੀਸ ਵਿਕ ਰਿਹਾ। ਬਿਲਕੁਲ ਸਹੀ ਗੱਲ ਹੈ, ਜਿਹੜੀ ਕੁਆਲਿਟੀ ਵਾਲੇ ਸਾਰੇ ਸ਼ਹਿਰ ਦੇ ਵਿੱਚ ਗਰੰਟੀ ਹੋਏਗੀ ਰੇਟ ਦੀ, ਕਿਸੇ ਤਰੀਕੇ ਨਾਲ ਆਪਣਾ ਕੋਈ ਰੇਟ ਦਾ ਫਰਕ ਨਹੀਂ ਹੋਏਗਾ, ਕਿਸੇ ਰੇਟ ਐ ਨਹੀਂ ਪਲੱਸ ਕਰਕੇ ਆਪਾਂ ਸੇਲ ਲਾਈਏ, ਰੇਟ ਵੀ ਡਾਊਨ ਨੇ ਜੀ। ਪ੍ਰਾਈਸ ਵੀ ਠੀਕ ਨੇ ਅਤੇ ਕੁਆਲਿਟੀ ਵੀ ਠੀਕ ਆ, ਜੋ ਵੀ ਅਸੀਂ ਯੂਜ਼ ਕੀਤਾ ਔਰ ਮੈਂ ਵੁਲਨ ਦੇ ਕੁੜਤੇ ਵਗੈਰਾ ਲੈ ਕੇ ਜਾਂਦੇ ਹਾਂ, ਟਾਵਲਸ ਵਗੈਰਾ ਜੋ ਵੀ ਇਨਰ ਵਗੈਰਾ, ਤਾਂ ਉਹ ਖਰਾਬ ਨਹੀਂ ਹੁੰਦੇ ਹੈਗੇ। ਲੇਡੀਜ਼ ਲੌਂਗ ਕਾਰਡੀਗਨ ਹੈ ਜੀ, 1800 ਰੁਪਏ ਤੋਂ ਕਾਰਡੀਗਨ ਜੀ, ਬਹੁਤ ਵਰਾਇਟੀ ਹੈ, ਤੁਹਾਨੂੰ ਥੋੜ੍ਹੇ ਪੀਸ ਦਿਖਾਉਣਾ ਮੈਂ। ਹੇਅਰ ਬੁੱਲ ਦੀ ਕਾਰਡੀਗਨ ਹੈ, 1300-1400 ਰੁਪਏ ਰੇਟ ਹੈ ਇਹਦਾ, ਆਪਾਂ 1400 ਰੁਪਏ ਦੇ ਦੋ ਦਿੰਦੇ। ਹਰ ਚੀਜ਼ ਦੋ, ਕੋਈ ਇੱਕ ਚੀਜ਼ ਮਿਲ ਹੀ ਨਹੀਂ ਰਹੀ ਹੈ ਇੱਕ ਪ੍ਰਾਈਸ 'ਚ, ਹਰ ਚੀਜ਼ ਦੋ ਅਤੇ ਦੋ, ਦੋ ਅਤੇ ਦੋ ਦੇਈ ਜਾਂਦੇ ਨੇ। ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਦੇ ਵਾਸਤੇ ਸਪੈਸ਼ਲ ਔਫਰ, 500 ਰੁਪਏ ਦੇ ਦੋ। 500 ਦੀ ਦੋ ਸ਼ਰਟਾਂ, ਸ਼ਰਟਾਂ ਨਹੀਂ ਤੁਹਾਨੂੰ ਸਸਤੀਆਂ ਮਿਲਣੀਆਂ ਕਿੱਧਰੋਂ ਵੀ, ਬਟ ਤੁਹਾਨੂੰ 500 'ਚ ਦੋ ਮਿਲ ਜਾਣੀਆਂ। ਫਲੋਰ ਹੈ ਇੱਕ ਨਾ ਇੱਕ ਫ੍ਰੀ, 600 ਰੁਪਏ ਦੋ। 600 ਦੇ ਦੋ ਲੋਅਰਸ, 600 ਦੇ ਦੋ ਲੋਅਰਸ। ਤੁਸੀਂ ਲੈ ਕੇ ਜਾਂਦੇ ਹੋ ਕੱਪੜੇ, ਵਧੀਆ ਲੱਗਦੇ ਆ, ਤੁਹਾਡੇ ਤਾਂ ਦੋਸਤ ਵੀ ਕਹਿੰਦੇ ਹੋਣੇ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਹੋ ਤੁਸੀਂ। ਇੱਧਰ ਹੀ ਫਿਰ ਅਗਲੀ ਵਾਰ ਵੀ ਇੱਧਰ ਹੀ ਆਣ। ਵਧੀਆ ਸਟਾਕ ਆ ਜੀ, ਵਧੀਆ। ਉਸ ਤੋਂ ਇਲਾਵਾ ਪ੍ਰਾਈਸ ਠੀਕ ਹੈ, ਕੁਆਲਿਟੀ ਪ੍ਰਾਈਸ ਠੀਕ ਹੈ, ਕੁਆਲਿਟੀ ਠੀਕ ਹੈ। ਜਿਹੜਾ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੇਗਾ, ਕਮੈਂਟ ਕਰੇਗਾ, ਸਾਨੂੰ WhatsApp ਤੇ ਭੇਜੇਗਾ, ਉਹਨਾਂ ਨੂੰ ਘਰੇ ਬੈਠੇ ਬਿਠਾਏ ਨੂੰ 5 ਜਾਕਾ। ਮੈਂ ਹਕੀਕਤ ਟੀਵੀ ਤੇ ਤੁਹਾਡੀ ਵੀਡੀਓ ਦੇਖੀ ਸੀ, ਫਿਰ ਉਹਦੇ ਲਈ ਕੀ ਖਾਸ ਹੋ ਸਕਦਾ? ਦਵਾਂਗੇ ਜੀ, ਕੀ ਗਿਫਟ ਮਿਲਣਾ? ਕੈਪ 3 ਦਵਾਂਗੇ, ਡੀਓ ਆਪਣਾ ਰੱਖਿਆ ਹੈ, ਜੇ ਕੈਪ ਲੈਣੀ ਕੈਪ ਲੈ ਲਓ, ਡੀਓ ਅਜਮਲ ਦਾ ਡੀਓ ਹੈ ਉਹ ਗਿਫਟ। ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਦੇ ਵਿੱਚ ਕਿਸੇ ਨੇ ਵੀ ਇੰਨੀ ਵਧੀਆ ਸਟੀਲ ਦੀ ਲਾਈ ਹੋਣੀ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਮੈਂ ਹਾਂ ਨੰਦਨੀ ਅਰੋੜਾ। ਅਤੇ ਤੁਹਾਨੂੰ ਤਾਂ ਪਤਾ ਹੀ ਹੈ ਅਸੀਂ ਤੁਹਾਡੀ ਸਿਹਤ ਦਾ ਧਿਆਨ ਤਾਂ ਰੱਖਦੇ ਹੀ ਹਾਂ, ਅਤੇ ਨਾਲ ਨਾਲ ਤੁਹਾਡੀ ਜੇਬ ਦਾ ਵੀ ਧਿਆਨ ਰੱਖਦੇ ਹਾਂ ਕਿ ਕਿਤੇ ਤੁਹਾਡੀ ਜੇਬ 'ਚੋਂ ਜ਼ਿਆਦਾ ਪੈਸੇ ਨਾ ਜਾਣ, ਅਤੇ ਤੁਹਾਨੂੰ ਵਧੀਆ ਅਤੇ ਕਿਫਾਇਤੀ ਰੇਟ ਦੇ ਵਿੱਚ ਚੀਜ਼ਾਂ ਵੀ ਮਿਲ ਜਾਣ, ਭਾਵੇਂ ਉਹ ਸਿਹਤ ਲਈ ਹੋਵੇ ਭਾਵੇਂ ਉਹ ਪਾਉਣ ਲਈ ਹੋਵੇ। ਅਤੇ ਇਸ ਕਰਕੇ ਆਪਾਂ ਫਿਰ ਤੋਂ ਆ ਚੁੱਕੇ ਹਾਂ ਇੱਕ ਸ਼ੋਪ 'ਤੇ ਜਿਹੜਾ ਹੈਗਾ NV ਸਟੋਰ, ਆਪਾਂ ਮਲੇਰਕੋਟਲੇ 'ਤੇ ਆਏ ਹੋਏ ਹਾਂ ਇਸ ਵੇਲੇ। ਅਤੇ ਮੈਂ ਸੁਣਿਆ ਕਿ ਹੁਣੇ ਇਸ ਮੂਮੈਂਟ 'ਤੇ ਜਿਸ ਵੇਲੇ ਮੈਂ ਇੱਥੇ ਖੜ੍ਹੀ ਹੋਈ ਹਾਂ, ਇੱਥੇ ਸਟਾਕ ਕਲੀਅਰੈਂਸ ਸੇਲ ਲੱਗੀ ਹੋਈ ਹੈ। ਤੁਸੀਂ ਵੀ ਦਰਸ਼ਕ ਜਾਣਦੇ ਹੋ ਅਤੇ ਮੈਂ ਵੀ ਜਾਣਦੀ ਹਾਂ ਕਿ ਸਟਾਕ ਕਲੀਅਰੈਂਸ ਸੇਲ ਇਹੋ ਜਿਹੀ ਚੀਜ਼ ਹੈ ਜਿੱਦਾਂ ਆਪਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਾਂ ਕਿ ਸਾਨੂੰ ਸਟਾਕ ਕਲੀਅਰੈਂਸ ਸੇਲ ਮਿਲ ਜਾਵੇ, ਬਿਕੋਜ਼ ਸਾਰਾ ਕੁਛ ਸਸਤੇ ਰੇਟਾਂ 'ਤੇ ਮਿਲ ਜਾਂਦਾ ਸਾਨੂੰ। ਅਤੇ NV ਸਟੋਰ ਦੇ ਤੁਹਾਨੂੰ ਮਿਲਣ ਵਾਲਾ ਸਾਰਾ ਕੁਛ 20-50% ਦੇ ਔਫ ਦੇ ਵਿੱਚ। ਅਤੇ ਆਪਾਂ ਦੇਖਦੇ ਹਾਂ ਕਿ ਕੀ ਮਿਲਣ ਵਾਲਾ, ਕਿਹੋ ਜਿਹੀ ਵਰਾਇਟੀ ਪਈ ਹੋਈ ਹੈ, ਅਤੇ
ਗੱਲਬਾਤ ਕਰਦੇ ਹਾਂ। ਦੇਖ ਸਕਦੇ ਹੋ ਤੁਹਾਡੇ ਜਿੱਥੇ ਵੀ ਤੁਹਾਡੀ ਨਿਗਾਹ ਜਾਊਗੀ ਹਰ ਪਾਸੇ ਇੱਥੇ ਵਰਾਇਟੀ ਵਰਾਇਟੀ ਤੁਹਾਨੂੰ ਨਜ਼ਰ ਆਉਣ ਵਾਲੀ ਹੈ। ਇੱਥੇ ਜੈਕਟਾਂ ਲੱਗੀਆਂ ਹੋਈਆਂ ਨੇ ਕੁੜੀਆਂ ਲਈ, ਮੁੰਡਿਆਂ ਲਈ, ਬੱਚਿਆਂ ਦੀ ਤਾਂ ਬਹੁਤ ਸੋਹਣੀ ਸੋਹਣੀ ਵਰਾਇਟੀ ਆਈ ਹੋਈ ਹੈ। ਅਤੇ ਆਪਾਂ ਦੇਖ ਸਕਦੇ ਇੱਥੇ ਗਾਹਕ ਵੀ ਖੜ੍ਹੇ ਹੋਏ ਆ ਜਿਹੜੇ ਸ਼ੋਪਿੰਗ ਕਰਕੇ ਜਾ ਰਹੇ ਨੇ। ਆਪਾਂ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹੀ ਵਰਾਇਟੀ ਲੱਗ ਰਹੀ? ਵਧੀਆ ਲੱਗੀ ਹੈ। ਵਧੀਆ ਲੱਗ ਰਹੀ ਹੈ। ਸ਼ੋਪਿੰਗ ਕਰ ਲਈ ਤੁਸੀਂ? ਅਸੀਂ ਕਰ ਲਈ ਸ਼ੋਪਿੰਗ। ਤੇ ਰਸ਼ ਬਹੁਤ ਜ਼ਿਆਦਾ ਲੱਗਿਆ ਹੋਇਆ ਕਿਉਂਕਿ ਵਰਾਇਟੀ ਬਹੁਤ ਜ਼ਿਆਦਾ। ਸਟਾਕ ਕਲੀਅਰੈਂਸ ਸੇਲ ਹੈ, ਸੇਲ ਹੈ 20-50% ਆਫ ਦੀ ਸੇਲ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹੀ ਵਰਾਇਟੀ ਲੱਗ ਰਹੀ? ਬਹੁਤ ਵਧੀਆ ਵਰਾਇਟੀ ਹੈ ਜੀ। ਕਿੱਧਰੋਂ ਆਏ ਹੋ ਤੁਸੀਂ? ਅਸੀਂ ਕੁਠਾਲੇ ਤੋਂ ਜੀ। ਸਪੈਸ਼ਲੀ ਆਏ ਹੋ? ਹਾਂ ਜੀ, ਸਪੈਸ਼ਲੀ ਆਏ ਹਾਂ। ਤੇ ਪਹਿਲਾਂ ਵੀ ਆਉਂਦੇ ਹੋ ਕਿ ਪਹਿਲੀ ਵਾਰ? ਪਹਿਲਾਂ ਵੀ ਆਉਂਦੇ ਹਾਂ ਜੀ। ਹਰ ਵਾਰੀ ਸ਼ੋਪਿੰਗ ਕਰਦੇ ਹੋ? ਹਾਂ ਜੀ। ਕੀ ਰੀਜ਼ਨ ਹੈ? ਵਧੀਆ ਸਟਾਕ ਆ ਜੀ, ਵਧੀਆ। ਤੇ ਉਸ ਤੋਂ ਇਲਾਵਾ ਪ੍ਰਾਈਸ ਠੀਕ ਹੈ ਜੀ? ਕੁਆਲਿਟੀ ਪ੍ਰਾਈਸ ਠੀਕ ਹੈ, ਕੁਆਲਿਟੀ ਠੀਕ ਹੈ। ਇਹਦਾ ਮਤਲਬ ਆਹੀ ਹੈ ਕਿ ਜਦ ਪ੍ਰਾਈਸ ਸਸਤੇ ਹੋ ਜਾਂਦੇ ਹੈ ਤਾਂ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੁੰਦੀ। ਸਾਡੇ ਕੋਲ ਇੱਕ ਹੋਰ ਮੁੰਡਾ ਵੀ ਹੈ, ਆਪਾਂ ਉਹਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਇੱਧਰ ਆਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹੀ ਵਰਾਇਟੀ ਲੱਗਦੀ ਹੈ? ਬਹੁਤ ਵਧੀਆ। ਇੱਧਰੋਂ ਲੈ ਕੇ ਜਾਂਦੇ ਹੋ ਕੱਪੜੇ? ਵਧੀਆ ਲੱਗਦੇ ਹੈ? ਹਾਂ। ਤੁਹਾਡੇ ਤਾਂ ਦੋਸਤ ਵੀ ਕਹਿੰਦੇ ਹੋਣੇ ਕਿੰਨੀ ਸੋਹਣੇ ਸੋਹਣੇ ਕੱਪੜੇ ਪਾਉਂਦੇ ਹੋ ਤੁਸੀਂ। ਹਾਂ ਜੀ। ਇੱਧਰ ਹੀ ਫਿਰ ਅਗਲੀ ਵਾਰ ਵੀ ਇੱਧਰ ਹੀ ਆਉਣਾ? ਹਾਂ ਜੀ। ਚਲੋ ਦੇਖੋ, ਬੱਚਿਆਂ ਦੀ ਵੀ ਫੇਵਰੇਟ ਹੈ ਸ਼ੋਪ, ਤੇ ਕਸਟਮਰਸ ਲਗਾਤਾਰ ਆ ਰਹੇ ਨੇ, ਭੀੜ ਲੱਗੀ ਹੋਈ ਹੈ। ਤੇ ਆਪਾਂ ਇੱਥੇ ਸਾਡੇ ਇੱਧਰ ਹੋਰ ਵੀ ਕਸਟਮਰਸ ਆਏ ਹੋਏ ਨੇ ਤੇ ਜਿਹੜੇ ਜੈਕਟਾਂ ਦੇਖ ਰਹੇ ਨੇ, ਜੈਕਟਾਂ ਪਸੰਦ ਕਰ ਰਹੇ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਨੂੰ ਵਰਾਇਟੀ ਕਿਹੋ ਜਿਹੀ ਲੱਗ ਰਹੀ ਹੈ। ਲੇਡੀ ਜੈਕਟ ਲੈਣ ਆਏ ਆ ਤੇ ਮੈਂ ਵੀ ਇੰਸਟਾਗ੍ਰਾਮ ਤੇ ਦੇਖ ਕੇ ਆਈ ਆ ਸ਼ੋਪ, ਤੇ ਜੋ ਸਰ ਨੇ ਪਹਿਲਾਂ ਵੀਡੀਓ ਪਾਈ ਹੋਈ ਸੀ ਉਹਨੂੰ ਦੇਖ ਕੇ ਅਸੀਂ ਅੱਜ ਆਏ ਆ ਉਰੇ। ਤੇ ਹੁਣ ਤੁਸੀਂ ਵਰਾਇਟੀ ਦੇਖ ਰਹੇ ਹੋ, ਕਿਹੋ ਜਿਹੀ ਵਰਾਇਟੀ ਲੱਗ ਰਹੀ ਹੈ? ਵਰਾਇਟੀ ਤਾਂ ਬਹੁਤ ਅੱਛੀ ਲੱਗ ਰਹੀ ਹੈ। ਸੋਹਣੀ ਲੱਗ ਰਹੀ ਹੈ? ਸੋਹਣੀ ਲੱਗ ਰਹੀ ਹੈ। ਨਹੀਂ, ਪਹਿਲਾਂ ਵੀ ਮੇਰੇ ਹਸਬੈਂਡ ਨਾਲ ਮੈਂ ਆਉਂਦੀ ਹਾਂ, ਪਰ ਮੈਂ ਜੈਕਟ ਖਰੀਦਣ ਪਹਿਲੀ ਵਾਰ ਆਈ ਹਾਂ ਉਰੇ। ਤੇ ਪਹਿਲਾਂ ਵੀ ਸ਼ੋਪਿੰਗ ਕਰ ਚੁੱਕੇ ਹੋ, ਕੋਈ ਰੀਜ਼ਨ ਹੀ ਹੋਗਾ ਤੁਸੀਂ ਇੱਧਰ ਵਾਪਸ? ਹਾਂਜੀ। ਕੁਆਲਿਟੀ ਵਧੀਆ ਲੱਗਦੀ ਹੈ, ਪ੍ਰਾਈਸਿਸ ਠੀਕ ਲੱਗਦੇ? ਹਾਂਜੀ, ਪ੍ਰਾਈਸਿਸ ਵੀ ਠੀਕ ਨੇ ਤੇ ਕੁਆਲਿਟੀ ਵੀ ਠੀਕ ਆ। ਜੋ ਵੀ ਅਸੀਂ ਯੂਜ਼ ਕੀਤਾ ਉਰੋ, ਜਿਵੇਂ ਵੁਲਨ ਦੇ ਕੁੜਤੇ ਵਗੈਰਾ ਲੈ ਕੇ ਜਾਂਦੇ ਹਾਂ, ਟਾਵਲਸ ਵਗੈਰਾ, ਜੋ ਵੀ ਇਨਰ ਵਗੈਰਾ, ਤਾਂ ਉਹ ਖਰਾਬ ਨਹੀਂ ਹੁੰਦੇ ਹੈਗੇ। ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ? ਨਹੀਂ, ਬਿਲਕੁਲ। ਤੇ ਪ੍ਰਾਈਸ ਸਸਤੇ ਪ੍ਰਾਈਸ ਮਿਲ ਜਾਂਦਾ? ਬਿਲਕੁਲ ਮਿਲ ਜਾਂਦਾ, ਜੈਸਾ ਚਾਹੀਦਾ ਉਸ ਮਿਲ ਜਾਂਦਾ। ਇਸ ਤੋਂ ਵਧੀਆ ਕਸਟਮਰ ਦਾ ਫੀਡਬੈਕ ਕੀ ਹੋ ਸਕਦਾ ਹੈ? ਕਸਟਮਰ ਨੇ ਆਪ ਹੀ ਕਹਿਤਾ ਕਿ ਜਿਹੋ ਜਿਹੀ ਵਰਾਇਟੀ ਉਹਨਾਂ ਨੂੰ ਚਾਹੀਦੀ ਹੁੰਦੀ, ਜਿਹੋ ਜਿਹੀ ਕੁਆਲਿਟੀ ਉਹਨਾਂ ਨੂੰ ਚਾਹੀਦੀ ਹੁੰਦੀ, ਉਹੋ ਜਿਹੀ ਕੁਆਲਿਟੀ ਤੇ ਵਰਾਇਟੀ ਉਹਨਾਂ ਨੂੰ ਇੱਧਰ ਮਿਲ ਜਾਂਦੀ ਹੈ ਤੇ ਕੁਛ ਵੀ ਛੇਤੀ ਖਰਾਬ ਨਹੀਂ ਹੁੰਦਾ। ਆਪਾਂ ਦੇਖਦੇ ਹਾਂ ਕਿ ਹੋਰ ਕੀ ਵਰਾਇਟੀ ਹੈ। ਤੇ ਐਂਟਰ ਹੁੰਦੇ ਹੋਏ ਨਾ, ਸਭ ਤੋਂ ਪਹਿਲਾਂ ਜਿਹੜੀ ਮੇਰੀ ਨਿਗਾਹ ਜਾਂਦੀ ਉਹ ਜੈਕਟਾਂ ਤੇ ਜਾ ਰਹੀ ਹੈ। ਤੇ ਆਪਾਂ ਨਾ ਪਹਿਲਾਂ ਪੁੱਛ ਲੈਂਦੇ ਹਾਂ, ਸਟਾਕ ਕਲੀਅਰੈਂਸ ਸੇਲ ਲਾਈ ਤਾਂ ਹੈ, 20-50% ਡਿਸਕਾਊਂਟ ਵੀ ਦੱਸ ਰਿਹਾ ਤੇ ਪੁੱਛ ਲੈਂਦੇ ਕੀ ਪ੍ਰਾਈਜ਼ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਕੀ ਪ੍ਰਾਈਜ਼ ਹੈ ਜੈਕਟਾਂ ਦਾ? ਜੈਕਟ ਹੈ ਜੀ, ਕਿਡਜ਼ ਜੈਕਟ ਹੈ, 30-36 ਸਾਈਜ਼ ਹੈ। ਓਕੇ। 1600 ਰੁਪਏ ਦੀ ਹੈ। 1600? ਇਹ ਤਾਂ ਸਟਾਕ ਕਲੀਅਰੈਂਸ ਸੇਲ ਨਹੀਂ ਸੀਗੀ। 1600 ਦੀ ਮੈਮ ਦੋ ਜੈਕਟਾਂ ਨੇ। 1600 ਦੀ ਦੋ ਜੈਕਟਾਂ, ਫਿਰ ਵੀ ਸਟਾਕ ਕਲੀਅਰੈਂਸ ਸੇਲ 1600 ਦੀ ਤਿੰਨ ਮੈਮ। 1600 ਦੀ ਤਿੰਨ ਜੈਕਟਾਂ? ਇਹ ਤੁਸੀਂ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਮੈਨੂੰ ਦੇਖ ਕੇ ਤੇ ਕੈਮਰਾ ਵੇਖ? ਨਹੀਂ ਨਹੀਂ ਮੈਮ, 1600 ਦੀ ਤਿੰਨ ਜੈਕਟਾਂ ਦਵਾਂਗੇ। ਇਹ ਸਿਰਫ ਆਫਰ ਮੇਰੇ ਲਈ ਹੈ ਕਿ ਜਿਹੜੇ ਦਰਸ਼ਕ ਸਾਰੇ ਦੇਖ ਰਹੇ ਸਾਰੇ ਮਰਜੀ ਤੁਹਾਡੇ ਥਰੂ ਆਏਗਾ ਕਸਟਮਰ, ਉਹਨਾਂ ਸਭ ਨੂੰ ਦਵਾਂਗੇ। ਮਤਲਬ ਜਿਹੜੇ ਰਜਾਈ 'ਚ ਬੈਠੇ ਹੋਏ ਆ ਉਹਨਾਂ ਲਈ ਵੀ ਤੇ ਜਿਹੜੇ ਦਰਸ਼ਕ ਇੱਧਰ ਆ? ਹਾਂਜੀ, ਜਿਹੜਾ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੇਗਾ, ਕਮੈਂਟ ਕਰੇਗਾ, ਸਾਨੂੰ ਵਟਸਐਪ ਤੇ ਭੇਜੇਗਾ, ਉਹਨਾਂ ਨੂੰ ਘਰੇ ਬੈਠੇ ਬਿਠਾਇਆ ਨੂੰ 5 ਜੈਕਟਾਂ ਭੇਜਾਂਗੇ। 5 ਜੈਕਟਾਂ? ਹਾਂਜੀ ਹਾਂਜੀ। 3 ਵੀ ਨਹੀਂ, 4 ਵੀ ਨਹੀਂ, 5 ਜੈਕਟਾਂ ਭੇਜਾਂਗੇ। ਇਹ ਤਾਂ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਜੈਕਟ ਆ। ਤੁਸੀਂ ਜੈਕਟਾਂ ਦੀ ਕੁਆਲਿਟੀ ਚੈੱਕ ਕਰ ਰਹੇ ਹੋ, ਇੱਕ ਵਾਰੀ ਇਹਨੂੰ ਆਪਾਂ ਓਪਨ ਕਰਕੇ ਦਿਖਾ ਦਿੰਦੇ ਹਾਂ ਕਿ ਡਿਜ਼ਾਈਨਸ ਬਹੁਤ ਨੇ। ਉਹ ਕਹਿ ਰਹੇ ਤੁਸੀਂ ਚੱਕੋ ਜਿਹੜੀ ਜੈਕਟ ਚਾਹੀਦੀ, ਤੁਸੀਂ ਦੇਖ ਕੇ ਜਾਓ, ਬਹੁਤ ਜ਼ਿਆਦਾ ਵਰਾਇਟੀ ਆਈ ਹੋਈ ਹੈ। ਤੇ ਇਹ ਵਾਲੀ ਜੈਕਟਾਂ ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਸ਼ੌਕ ਹੋ ਗਈ ਸੀ ਕਿ 1600 ਦੇ ਵਿੱਚ ਇੱਕ ਜੈਕਟ, ਬਾਏ 1 ਗੈਟ 1 ਸਾਰਿਆਂ ਨੇ ਸੁਣਿਆ ਹੋਣਾ, ਬਾਏ 1 ਗੈਟ 2 ਤੁਹਾਨੂੰ ਮਿਲਣ ਵਾਲੀ ਹੈ। ਤੁਹਾਨੂੰ ਇੱਕ ਨਹੀਂ, ਤਿੰਨ ਤਿੰਨ ਜੈਕਟਾਂ 1600 ਦੇ ਪ੍ਰਾਈਸਿਸ ਮਿਲਣ ਵਾਲੀ ਹੈ। ਤੇ ਇਹਨਾਂ ਨੇ ਸਾਰੀ ਸਾਰੀ ਜੈਕਟਾਂ ਸਿੱਟੀਆਂ ਨੇ, ਤੁਹਾਨੂੰ ਜਸਟ ਕਲਰ ਦਾ ਨਾਮ ਦੇਣਾ, ਸਟਾਈਲ ਦਾ ਨਾਮ ਦੇਣਾ, ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਇੱਥੇ ਮਿਲ ਜੂਗੀ। ਤੇ ਉਹ ਵੀ ਜਸਟ 1600 ਦੇ ਅੰਦਰ ਅੰਦਰ, ਹੋਰ ਵੀ ਪ੍ਰਾਈਸਿਸ ਰੇਂਜ ਨੇ। ਤੇ ਹੋਰ ਕੀ ਆਫਰਸ ਤੁਸੀਂ ਲੈ ਕੇ ਆਏ ਹੋ ਸਾਡੇ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਲਈ? ਆਪਣੇ ਜੋ ਵੀ ਸਟੋਰ ਦੇ ਅੰਦਰ ਸਟਾਕ ਪਿਆ ਉਹ 20-50% ਡਿਸਕਾਊਂਟ ਹੈ ਜੀ। 20-50%? ਜੇਕਰ ਕੋਈ ਹਕੀਕਤ ਟੀਵੀ ਪੰਜਾਬੀ ਤੋਂ ਆਉਂਦਾ ਤੁਹਾਡੇ ਕੋਲ ਆ ਕੇ ਕਿ ਮੈਂ ਹਕੀਕਤ ਟੀਵੀ ਤੇ ਤੁਹਾਡੀ ਵੀਡੀਓ ਦੇਖੀ ਸੀ, ਫਿਰ ਉਹਦੇ ਲਈ ਕੀ ਖਾਸ ਹੋ ਸਕਦਾ? ਦਵਾਂਗੇ ਜੀ। ਕੀ ਗਿਫਟ ਮਿਲਣ ਵਾਲਾ?
ਕੈਪ ਫ੍ਰੀ ਦੇਵਾਂਗੇ, ਡੀਓ ਆਪਣੇ ਰੱਖਿਆ ਹੋਇਆ, ਜੇ ਕੈਪ ਲੈਣੀ ਕੈਪ ਲੈ ਲਓ, ਡੀਓ ਅਜਮਲ ਦਾ ਡੀਓ ਹੈ ਉਹ ਗਿਫਟ ਦੇਵਾਂਗੇ। ਅਜਮਲ ਦਾ ਡੀਓ ਫ੍ਰੈਗਰੈਂਸ ਸਭ ਤੋਂ ਮਹਿੰਗੀ ਚੀਜ਼ ਤੇ ਸਭ ਤੋਂ ਇੰਪੋਰਟੈਂਟ ਚੀਜ਼ ਸਾਨੂੰ ਫ੍ਰੀ ਮਿਲਣ ਵਾਲੀ ਹੈ, ਤੇ ਕੈਪਸ ਤਾਂ ਇਹ ਕਹਿ ਰਹੇ ਕਿ ਆਪਾਂ ਫ੍ਰੀ ਦੇਵਾਂਗੇ, ਮੈਨੂੰ ਲੱਗ ਰਿਹਾ ਕੈਪਸ ਤਾਂ ਨਾ ਇਹ ਫ੍ਰੀ ਵਾਂਗੂ ਹੀ ਵੇਚ ਰਹੇ ਨੇ ਕਿ ਤੁਸੀਂ ਲੈ ਜਾਓ ਸਾਰਾ ਕੁਝ ਚੱਕ ਕੇ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ। ਤੇ ਇਸ ਤੋਂ ਇਲਾਵਾ ਸਰ ਕਹਿ ਰਹੇ ਸੀਗੇ ਕਿ ਉਹ 10% ਐਕਸਟਰਾ ਡਿਸਕਾਊਂਟ ਦੇ ਨਾਲ ਜਿਹੜੇ ਕਸਟਮਰਸ ਇਧਰੋਂ ਹਨ ਤੁਹਾਡੇ ਥਰੂ ਆਣਗੇ ਜੀ, ਉਹਨਾਂ ਨੂੰ 10% ਐਕਸਟਰਾ ਡਿਸਕਾਊਂਟ ਦੇਵਾਂਗੇ ਜੈਂਟਸ ਜਾਗਰ ਦੇ ਵਿੱਚੋਂ। ਜੈਂਟਸ ਜੈਕਟ ਦੇ ਵਿੱਚ ਤੁਹਾਨੂੰ 10% ਡਿਸਕਾਊਂਟ ਮਿਲਣ ਵਾਲਾ ਹੈ, ਤੇ 10% ਜਿਹੜਾ ਕਸਟਮਰ ਕਹੇਗਾ ਵੀ ਅਸੀਂ ਉੱਥੋਂ ਆਏ ਆ ਸ਼ੇਅਰ ਕਰਕੇ ਆਏ ਆ, ਉਹਨੂੰ 10% ਐਕਸਟਰਾ ਡਿਸਕਾਊਂਟ ਦੇਵਾਂਗੇ। ਸਟਾਕ ਕਲੀਅਰੈਂਸ ਸੇਲ ਨਾ ਮੈਨੂੰ ਐਕਚੁਅਲੀ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਸੁਣ ਸੁਣ ਕੇ ਕਿ ਇੰਨਾ ਸਸਤਾ ਸਾਰਾ ਕੁਛ, 20-50% ਡਿਸਕਾਊਂਟ, ਵੀ 10% ਹੋਰ ਦੇ ਦੇਣਾ ਹੈ। ਜਿਹੜੇ ਲੋਕ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨ ਵਾਲੇ, ਸਕਰੀਨ 'ਤੇ ਦਿੱਤੇ ਗਏ ਨੰਬਰਾਂ 'ਤੇ ਉਸ ਨੰਬਰ 'ਤੇ ਤੁਸੀਂ ਸਕਰੀਨਸ਼ਾਟ ਭੇਜਣਾ ਹੈ, ਅਤੇ ਤੁਹਾਨੂੰ ਇੱਦਾਂ ਦੀਆਂ 5 ਜੈਕਟਾਂ ਫ੍ਰੀ ਮਿਲ ਜਾਣੀਆਂ। ਹੁਣ ਤੁਸੀਂ ਦੇਖ ਲਓ ਤੁਸੀਂ ਲੈਣੀਆਂ ਨੇ ਕਿ ਨਹੀਂ, ਸਟਾਕ ਕਲੀਅਰੈਂਸ ਸੇਲ ਦੇ ਫਾਇਦੇ ਤੁਸੀਂ ਚੱਕਣੇ ਆ ਕਿ ਨਹੀਂ, ਅਤੇ ਆਪਾਂ ਹੋਰ ਵੀ ਵਰਾਇਟੀ ਦੇਖਦੇ ਹਾਂ, ਆਪਾਂ ਹੋਰ ਗੱਲਬਾਤ ਕਰਦੇ ਹਾਂ ਕਿ ਹੋਰ ਕਿਹੜੀ ਵਰਾਇਟੀ ਜੈਕਟ 3-5XL। ਇਹਦਾ ਸਿਰਫ ਪ੍ਰਾਈਜ਼ ਹੈਗਾ 1749 ਰੁਪਏ, ਇੱਕ ਨਾ ਇੱਕ ਫ੍ਰੀ ਹੈ। ਜਿਹੜਾ ਤੁਹਾਡੇ ਕਸਟਮਰ ਕਹੇਗਾ ਵੀ ਅਸੀਂ ਹਕੀਕਤ ਟੀਵੀ ਤੋਂ ਆਏ ਹਾਂ, ਉਹਨੂੰ 10% ਐਕਸਟਰਾ ਦੇਵਾਂਗੇ। ਪਹਿਲਾਂ ਤਾਂ 1749 ਦੇ ਵਿੱਚ ਤੁਹਾਨੂੰ 2 ਜੈਕਟਾਂ ਮਿਲ ਰਹੀਆਂ ਨੇ, ਅਤੇ ਉੱਤੋਂ ਤੁਸੀਂ ਹਕੀਕਤ ਟੀਵੀ ਪੰਜਾਬੀ ਦੇ ਥਰੂ ਆਓਗੇ, ਤੁਹਾਨੂੰ 10% ਐਕਸਟਰਾ ਡਿਸਕਾਊਂਟ ਮਿਲ ਜਾਣਾ। ਅਤੇ ਇਹ ਵੀਡੀਓ ਖਾਸ ਕਰ ਉਹ ਲੋਕ ਜ਼ਰੂਰ ਦੇਖ ਲਓ ਜਿਹੜੇ ਕਹਿੰਦੇ ਸੀ ਕਿ ਸਾਡਾ 3XL 4XL ਸਾਈਜ਼ ਹੀ ਨਹੀਂ ਮਿਲਦਾ। ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਹਾਨੂੰ ਸਾਰੇ ਸਾਈਜ਼ ਇੱਥੇ ਮਿਲ ਜਾਣੇ ਆ। 5XL ਇਹ ਰਿਵਰਸੀਬਲ ਜੈਕਟ ਹੈ ਮੈਮ, ਬਹੁਤ ਟ੍ਰੈਂਡੀ ਜੈਕਟ ਹੈ। ਹਾਂਜੀ ਹਾਂਜੀ, ਰਿਵਰਸੀਬਲ ਹੈ ਇਹ, 3-5XL ਸਾਈਜ਼ ਹੈ, 2000 ਰੁਪਏ ਦੀ। ਤੁਸੀਂ ਦੋਵੇਂ ਪਾਸੋਂ ਪਾ ਸਕਦੇ ਹੋ। ਹਾਂਜੀ ਹਾਂਜੀ ਹਾਂਜੀ, ਦੇਖੋ 2000 ਰੁਪਏ ਦਾ ਇੱਕ ਨਾ ਇੱਕ ਫ੍ਰੀ ਹੈ, ਤੇ 10% ਲੈਸ 1800 ਰੁਪਏ ਪੈਗੀ। 1800 ਦੇ ਵਿੱਚ ਇਹੋ ਜਿਹੀਆਂ 2 ਜੈਕਟਾਂ ਸ਼ੇਅਰ ਕਰਕੇ ਆਏਗਾ। ਜਿਹੜਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ, ਤੁਸੀਂ ਸਕਰੀਨਸ਼ਾਟ ਭੇਜਣਾ, ਤੇ ਤੁਸੀਂ ਇੱਥੇ ਆਣਾ, ਤੇ ਤੁਹਾਨੂੰ ਰਿਵਰਸੀਬਲ ਜੈਕਟ ਵੀ ਮਿਲ ਜਾਣੀ ਹੈ, ਜਿਹੜੀ ਸਿਰਫ ਔਰ ਸਿਰਫ ਆ ਲਓ, ਇੰਨਾ ਜ਼ਿਆਦਾ ਵਰਾਇਟੀ ਹੈ ਕਿ ਉਹ ਵੀ ਥੱਲੇ ਡਿੱਗ ਗਿਆ ਨੇ। ਤੇ 1800 ਦੇ ਵਿੱਚ ਤੁਹਾਨੂੰ 2 ਜੈਕਟਾਂ ਮਿਲ ਜਾਣੀਆਂ, ਉਹ ਵੀ ਰਿਵਰਸੀਬਲ, ਯਾਨੀ 4 ਹੋ ਗਈ। ਤੁਸੀਂ ਇੱਕ ਜੈਕਟ ਨੂੰ 2 ਤਰੀਕੇ ਨਾਲ ਪਾ ਸਕਦੇ ਹੋ, 2 ਦੀ ਥਾਂ ਤੇ ਹੋ ਗਈ 4 ਜੈਕਟਾਂ, 1800 ਦੇ ਵਿੱਚ 4 ਜੈਕਟਾਂ ਮਿਲ ਰਹੀਆਂ ਤੁਹਾਨੂੰ। ਇਨਸ਼ੋਰਟ ਜੈਂਟਸ ਪਲੋਵਰ ਹੈ, 30-44 ਸਾਈਜ਼, ਇੱਕ ਨਾ ਇੱਕ ਫ੍ਰੀ, 1400 ਰੁਪਏ ਦੋ। ਸਾਰਾ ਕੁਛ ਇੱਕ ਨਾਲ ਇੱਕ ਫ੍ਰੀ ਹੈ, ਇੱਕ ਨਾਲ ਇੱਕ ਫ੍ਰੀ ਹੈ, ਚੱਕੀ ਜਾਓ ਬਸ, ਆ ਜਾਓ ਛੇਤੀ ਤੋਂ ਛੇਤੀ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। 1400 ਰੁਪਏ ਦੋ ਹੈ ਜੀ, ਸਟਾਈਲਿਸ਼ ਹੈ, ਜਿਹੜੇ ਮੁੰਡੇ ਅੱਜ ਕੱਲ੍ਹ ਪਾਉਂਦੇ ਨੇ। 2000 ਰੁਪਏ ਦੋ। ਤੇ ਮੈਂ ਮਟੀਰੀਅਲ ਵੀ ਹੱਥ ਲਾ ਕੇ ਦੇਖ ਸਕਦੀ ਹਾਂ, ਇੰਨਾ ਵਧੀਆ ਪ੍ਰੋਪਰ ਵੂਲ ਹੈ, ਇਹਨਾਂ ਲਈ ਗਰਮ ਮਟੀਰੀਅਲ ਹੈ, ਤੇ ਵਰਾਇਟੀ ਇੰਨੀ ਸੋਹਣੀ ਹੈ, ਕਲਰਸ ਕੰਬੀਨੇਸ਼ਨ ਇੰਨੇ ਸੋਹਣੇ ਸੋਹਣੇ ਆਏ ਹੋਏ ਆ, ਤੇ ਇੱਕ ਨਾਲ ਇੱਕ ਫ੍ਰੀ, ਚੱਕੀ ਜਾਓ ਸਾਰੇ ਦੇ ਸਾਰੇ, ਤੇ ਪ੍ਰਾਈਜ਼ ਵੀ ਕੁਛ ਨਹੀਂ, 1400 ਚ। ਆਪਾਂ ਦੇਖ ਰਹੇ ਹਾਂ ਕਿ ਇਹ ਸਾਰੀ ਤੁਸੀਂ ਜੈਕਟਾਂ ਦੀ ਵਰਾਇਟੀ ਦੇਖੀ ਆ, ਤੁਸੀਂ ਸਵੈਟਰਸ ਦੀ ਵਰਾਇਟੀ ਦੇਖੀ, ਜਿਹੜੇ ਪੁੱਲਓਵਰਸ ਨੇ ਜਿਹੜੇ ਤੁਸੀਂ ਪਾ ਸਕਦੇ ਹੋ, ਤੇ ਆਪਾਂ ਕੁੜੀਆਂ ਦੀ ਵੀ ਥੋੜੀ ਸੁਣ ਲੈਂਦੇ ਹਾਂ ਕਿ ਦੇਖਦੇ ਕੁੜੀਆਂ ਲਈ ਕੀ ਵਰਾਇਟੀ ਹੈ ਤੇ ਕਿਹੋ ਜਿਹੀ ਆਫਰਸ ਨੇ। ਹਾਂਜੀ, ਲੇਡੀਜ਼ ਦੇ ਵਿੱਚ ਇਹ ਬੈਲਵਟ ਦਾ ਸੂਟ ਹੈ ਜੀ। ਹਾਂਜੀ, ਤੁਸੀਂ ਕਲਰ ਦੇਖ ਰਹੇ ਹੋ, ਤੁਸੀਂ ਵਰਕ ਦੇਖ ਰਹੇ ਹੋ, ਤੇ ਆਪਾਂ ਦੇਖਦੇ ਹਾਂ ਕਿ ਇੱਕ ਸਟਾਕ ਕਲੀਅਰੈਂਸ ਹੈ ਤੇ ਕੀ ਪ੍ਰਾਈਸ ਹੋਣ ਵਾਲਾ ਇਹਦਾ। ਬਹੁਤ ਰੀਜ਼ਨੇਬਲ ਹੈ ਜੀ, 1400 ਰੁਪਏ ਦੋ। 1400 ਦੇ 2 ਕਿਧਰੋਂ ਨਹੀਂ ਮਿਲਣ ਵਾਲੇ। ਲਾਈਨ ਲਾਤੀ ਹੋਈ, ਤੁਸੀਂ ਜਸਟ ਕਲਰ ਦਾ ਨਾਮ ਲੈਣਾ ਤੇ ਉਹੀ ਕਲਰ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਣਾ, ਉਹੀ ਕਲਰ ਤੁਹਾਨੂੰ ਮਿਲ ਜਾਣਾ। 1100 ਰੁਪਏ ਦੋ। ਕਰਾਚੀ ਸੂਟ 1100 ਇੱਕ, ਸਟੋਲ ਵਿਦ ਪਲਾਜ਼ੋ 1100 ਦਾ ਇੱਕ ਕੀ 1100 ਰੁਪਏ ਦੋ ਜੀ। ਆ ਵੀ 1100 ਦੇ ਦੋ, ਮਤਲਬ ਹੁਣ ਤਾਂ ਮੈਨੂੰ ਲੱਗ ਰਿਹਾ ਕਿ ਕੁੜੀਆਂ ਲਈ ਹੋਰ ਕੋਈ ਆਪਸ਼ਨ ਹੈ ਨਹੀਂ, ਕਿਤੇ ਹੋਰ ਜਾਣ ਦੀ ਤਾਂ ਲੋੜ ਹੀ ਨਹੀਂ ਹੈਗੀ, ਚੁੱਪ ਕਰਕੇ ਐਨਵੀ ਸਟੋਰ ਆ ਜਿਓ ਮਲੇਰਕੋਟਲੇ ਦੇ ਵਿੱਚ, ਤੇ ਤੁਹਾਨੂੰ 1100 ਦੇ 2 ਮਿਲ ਰਹੇ ਨੇ। ਤੁਸੀਂ ਆਪ ਲੌਜਿਕ ਲਾਓ, ਕਿਤੇ ਹੋਰ ਜਾਣ ਦਾ ਮਤਲਬ ਹੀ ਨਹੀਂ ਬਣਦਾ ਤੁਹਾਡਾ। ਵੁਲਨ ਟੌਪ ਹੈ 1200 ਰੁਪਏ ਦੋ।
ਮੈਂ ਲੈ ਕੇ ਜਾ ਰਹੀ ਹਾਂ ਸਭ ਤੋਂ ਪਹਿਲਾਂ ਤਾਂ 1200 ਦੇ ਦੋ, ਮਤਲਬ ਮੈਂ ਹੈਰਾਨ ਹਾਂ, ਵੈਸੇ ਵੀ ਸਟਾਕ ਕਲੀਅਰੈਂਸ ਸੇਲ ਲੱਗੀ ਹੋਈ ਹੈ, ਦੋ ਕੁ ਮੈਂ ਵੀ ਚੱਕ ਕੇ ਲੈ ਕੇ ਚੱਲਦੀ ਹਾਂ, ਮੇਰਾ ਸਾਈਜ਼ ਮਿਲ ਜੂਗਾ ਜੇਕਰ ਕਈ ਕੁੜੀਆਂ ਦੇ ਸਾਈਜ਼ ਦਾ ਇਸ਼ੂ ਹੁੰਦਾ? ਐਮ ਤੋਂ ਲੈ ਕੇ 5XL ਤੱਕ, ਐਮ ਤੋਂ ਲੈ ਕੇ 5XL ਤੱਕ। ਹੁਣ ਤੁਸੀਂ ਫਿਕਰ ਨਹੀਂ ਕਰਨੀ ਕਿ ਤੁਹਾਡਾ ਸਾਈਜ਼ ਕਿਤੇ ਅਵੇਲੇਬਲ ਨਹੀਂ ਹੁੰਦਾ, ਸਾਈਜ਼ ਤੇ ਕਲਰਸ ਤੇ ਵੈਰਾਈਟੀ ਸਾਰਾ ਕੁਝ ਮਿਲ ਜਾਣਾ। ਹਾਂਜੀ ਹਾਂਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਗੱਲ, ਆਪਣੇ ਰੇਟ ਬਹੁਤ ਜੈਨੂਅਲ ਨੇ, ਇਹ ਨਹੀਂ ਵੀ ਹੁਣ ਤੁਹਾਨੂੰ 1200 ਰੁਪਏ ਦੋ ਦੇ ਰਹੇ ਆ, ਮਾਰਕੀਟ ਦੇ ਵਿੱਚ 1000-1100 ਰੁਪਏ ਸਿੰਗਲ ਪੀਸ ਵਿਕ ਰਹੇ ਆ। ਬਿਲਕੁਲ ਸਹੀ ਗੱਲ ਹੈ, ਜਿਹੜੀ ਕੁਆਲਿਟੀ ਵਾਲੇ ਸਾਰੇ ਸ਼ਹਿਰ ਦੇ ਵਿੱਚ ਗਰੰਟੀ ਹੋਏਗੀ ਰੇਟ ਦੀ, ਕਿਸੇ ਤਰੀਕੇ ਨਾਲ ਆਪਣਾ ਕੋਈ ਰੇਟ ਦਾ ਫਰਕ ਨਹੀਂ ਹੋਏਗਾ, ਕਿਸੇ ਰੇਟ ਐਨੀ ਪਲੱਸ ਕਰਕੇ ਆਪਾਂ ਸੇਲ ਲਾਈਏ, ਰੇਟ ਵੀ ਡਾਊਨ ਨੇ ਆਪਣੇ, ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ, ਕੋਈ ਕੰਪਰੋਮਾਈਜ਼ ਨਹੀਂ। ਹਾਂਜੀ ਹਾਂਜੀ, ਸਟਾਈਲ ਨਾਲ ਕਿਸੇ ਵੀ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਮੈਂ ਇੱਥੇ ਸਟੱਫ ਹੱਥ ਲਾ ਕੇ ਦੇਖ ਰਹੀ ਹਾਂ, ਬਹੁਤ ਹੀ ਜ਼ਿਆਦਾ ਨਿੱਘਾ ਸਟੱਫ ਹੈ ਜਿਹੜਾ ਇਸ ਠੰਡ ਦੇ ਵਿੱਚ ਐਕਚੁਅਲੀ ਸਾਨੂੰ ਲੋੜ ਹੈਗੀ ਹੈ ਪਾਉਣ ਦੀ, ਅਤੇ ਜਦ ਇੰਨੇ ਸੋਹਣੇ ਸੋਹਣੇ ਕਲਰ ਆਪਸ਼ਨਸ ਮਿਲ ਜਾਣ, ਇੰਨੀ ਸੋਹਣੀ ਸੋਹਣੀ ਵਰਾਈਟੀ ਮਿਲ ਜਾਵੇ, ਫਿਰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਹੈ। ਨਵੀਨ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਤੁਹਾਡੇ ਕੋਲ ਹੀ ਕਿਉਂ ਆ, ਜਿਹੜੇ ਆਪਣੀ ਆਡੀਅੰਸ ਹੈ, ਜਿਹੜੇ ਆਪਣੇ ਕਸਟਮਰਸ ਨੇ, ਉਹ ਤੁਹਾਡੇ ਕੋਲ ਹੀ ਕਿਉਂ ਆਉਣ? ਆਪਣੇ ਕੋਲ ਵਰਾਈਟੀ ਸਭ ਤੋਂ ਵੱਧ ਹੈ ਜੀ, ਰੇਟ ਜੈਨੂਅਨ ਨੇ, ਕਿਸੇ ਐਵੇਂ ਕੋਈ ਕਪੜੇ ਬਾਜੀ, ਜੈਨੂਅਨ ਰੇਟ ਨੇ ਆਪਣੇ, ਕੁਆਲਿਟੀ ਵੀ, ਕੰਪਨੀ ਚੀਜ਼ਾਂ ਨਾਲ। ਹੁਣ ਸੁਨੀਲ ਟਾਚਰ ਟਰੈਕ ਸੂਟ ਹੈ, ਤੁਹਾਨੂੰ ਮਾਰਕੀਟ ਦੇ ਵਿੱਚ 10% ਆਫ ਮਿਲੇਗਾ। ਹਲੋ, ₹1200 ਦਾ ਡਿਸਕਾਊਂਟ ਮਤਲਬ ਕਿਤੇ ਵੀ ਨਹੀਂ ਮਿਲਣਾ ਤੁਹਾਨੂੰ ਨਾਲੇ ਤੁਹਾਨੂੰ ਇੰਨੀ ਵਧੀਆ ਕੁਆਲਿਟੀ ਮਿਲ ਰਹੀ ਹੈ ਕਲਰ ਆਪਸ਼ਨਸ ਮਿਲ ਰਹੇ ਹੈ ਸਾਰਾ ਕੁਝ ਮਿਲ ਰਿਹਾ ਹੈ ਜੀ ਬਾਰਾਂ ਸੌ ਉਣੰਜਾ ਰੁਪਏ ਦੀ ਐਮ ਆਰ ਪੀ ਹੈ ਜੀ 40% ਡਿਸਕਾਊਂਟ ਹੈ ਤ
ਸਟੋਕ ਕਲੀਅਰਿੰਗ ਹੈ ਮੇਨ ਆਪਣਾ ਵਧੀਆ ਪੰਜਾਬ ਦਾ ਬ੍ਰਾਂਡ ਹੈ ਇਹ ਬਹੁਤ ਬਾਹਰ ਵੀ ਬਹੁਤ ਜਾਂਦਾ ਮੇਕਿੰਗ ਆਪਣੇ ਉਰੇ ਫੇਮਸ ਬਹੁਤ ਹੈ ਆਪਾਂ ਜਾਣਦੇ ਆ ਕਿ ਸਾਡਾ ਮੇਨ ਰੀਜ਼ਨ ਆਹੀ ਹੈ ਕਿ ਸ਼ੌਪ ਦਾ ਮੇਨ ਰੀਜ਼ਨ ਆਹੀ ਹੈ ਕਿ ਆਪਾਂ ਜਿਹੜੇ ਇਹਨੇ ਸਸਤੇ ਪ੍ਰਾਈਸਸ ਦੇ ਰਹੇ ਆ ਉਹਦਾ ਮੇਨ ਕਾਰਨ ਹੈ ਕਿ ਇਹਨਾਂ ਨੇ ਸਟਾਕ ਕਲੀਅਰੈਂਸ ਕਰਨੀ ਹੈ ਤੇ ਤੁਹਾਨੂੰ ਇਹੋ ਜਿਹਾ ਮੌਕਾ ਤਾਂ ਕਿਤੇ ਨਹੀਂ ਗਵਾਉਣਾ ਚਾਹੀਦਾ ਕਿਉਂਕਿ 1100 ਦੇ ਵਿੱਚ ਜਿੱਦਾਂ ਦੇ ਇਹਨਾਂ ਨੇ ਸੂਟ ਦਿਖਾਇਆ ਕਿ 2 ਮਿਲ ਜਾਣਗੇ ਟਰੈਕ ਸੂਟ ਇਹਨੇ ਸਸਤੇ ਸਸਤੇ ਮਿਲ ਰਹੇ ਆ 1300 ਵਾਲੇ ਤੁਹਾਨੂੰ 700-800 ਦੇ ਮਿਲ ਰਹੇ ਤਾਂ ਤੁਸੀਂ ਵਰਾਇਟੀ ਇੱਕ ਵਾਰ ਦੇਖੋ ਕਿੰਨੀ ਸੋਹਣੀ ਵਰਾਇਟੀ ਹੈ ਲੇਡੀਜ਼ ਲੌਂਗ ਕਾਰਡੀਗਨ ਹੈ ਜੀ 1800 ਰੁਪਏ ਤੋਂ ਤੇ ਤੁਹਾਡੇ ਦਾ ਜੀਨਸ ਵਗੈਰਾ ਵੀ ਮਿਲ ਜਾਣਗੇ ਹਾਂਜੀ ਜੀਨਸ ਚ ਵੀ ਡਿਸਕਾਊਂਟ ਦਵਾਂਗੇ ਆਪਾਂ ਮੈਂ ਤੁਹਾਡੀ ਗੱਲ ਕੱਟਤੀ ਹੈ ਪਰ ਮੇਰੇ ਦਿਮਾਗ 'ਚ ਦੁਬਾਰਾ ਸਟ੍ਰਾਈਕ ਕੀਤੀ ਕੀ ਕਿਹਾ ਤੁਸੀਂ ਕਿੰਨੇ 'ਚ ਦੋ 1800 ਰੁਪਏ ਦੋ ਜੀ 1800 'ਚ ਦੋ ਲੌਂਗ ਕੋਟ ਹੈ ਹੇਅਰ ਬੁੱਲ ਦਾ ਕੋਟ ਹੈ 1800 'ਚ ਦੋ ਹਾਂਜੀ ਹਾਂਜੀ 1800 ਰੁਪਏ ਦੋ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਨਾ ਇਹ ਵੀਡੀਓ ਖਤਮ ਕਰਨ ਤੋਂ ਬਾਅਦ ਨਾ ਮੈਂ ਹੀ ਸ਼ਾਪਿੰਗ ਕਰਨ ਵਾਲੀ ਹਾਂ ਤੇ ਤੁਸੀਂ ਵੀ ਨਾ ਲੇਟ ਨਾ ਹੋਇਓ ਤੁਸੀਂ ਵੀ ਸਭ ਤੋਂ ਪਹਿਲਾਂ ਸ਼ਾਪਿੰਗ ਕਰ ਲਿਓ ਇਹ ਡਿਜ਼ਾਈਨ ਤੇ ਡਿਜ਼ਾਈਨ ਦਿਖਾਈ ਜਾ ਰਹੇ ਮੇਰੀ ਗੱਲ ਨਹੀਂ ਪੂਰੀ ਹੋ ਰਹੀ ਹੈ ਬਟ ਪਾਜੀ ਕਹਿ ਰਿਹਾ ਕਿ ਤੁਸੀਂ ਡਿਜ਼ਾਈਨ ਦੇਖੋ ਪਹਿਲਾਂ ਡਿਜ਼ਾਈਨ ਹੀ ਤੁਹਾਡੇ ਖਤਮ ਹੋਣ ਦੇ ਆ ਫਿਰ 1600 ਰੁਪਏ ਦੋ ਹਾਂਜੀ ਹਾਂਜੀ 300 ਰੁਪਏ ਹੋ ਘਟਾਤਾ 1800 ਵਾਲੇ ਉਹ ਸੀਗੇ ਹੁਣ ਇਥੋਂ 1600 ਵਾਲੇ ਦਿਖਾ ਰਹੇ ਇਹ 1600 ਕੁੜੀਆਂ ਆਪਣੇ ਜਿੰਨੇ ਵੀ ਹੈਗੇ ਆ ਆਪਣੀ ਲੇਡੀਜ਼ ਹੋ ਗਈ ਸਾਰੇ ਪ੍ਰੈਫਰ ਕਰਦੇ ਕਿ ਇਹੋ ਜਿਹੇ ਕੋਟ ਸਾਨੂੰ ਮਿਲ ਜਾਣ ਬਟ ਇਹ ਕੋਟਸ ਦੇ ਪ੍ਰਾਈਸ ਹੀ ਬਹੁਤ ਜ਼ਿਆਦਾ ਹੁੰਦੇ ਬਟ ਨਹੀਂ ਤੁਹਾਨੂੰ ਕਿਤੇ ਹੋ ਜਾਣ ਦੀ ਲੋੜ ਨਹੀਂ ਮੈਂ ਤਾਂ ਕਹਿੰਦੀ ਅਗਲੇ 2-3 ਸਾਲ ਦੀ ਸ਼ਾਪਿੰਗ ਵੀ ਇੱਧਰੋਂ ਹੀ ਕਰਕੇ ਬਹਿ ਜਾਓ ਹੁਣੇ ਹੀ ਦੇਖੋ ਡਿਜ਼ਾਈਨ ਹੋਰ ਬਹੁਤ ਨੇ ਇਹ ਤੁਹਾਨੂੰ ਲਿਮਿਟਡ ਜੇ ਦਿਖਾਏ ਨੇ ਕਿਉਂਕਿ ਆਪਾਂ ਬਹੁਤੇ ਡਿਜ਼ਾਈਨ ਨਹੀਂ ਦਿਖਾ ਸਕਦੇ ਹੋਰ ਵਰਾਇਟੀ ਬਹੁਤ ਹੈ ਲੇਡੀਜ਼ ਕਾਰਡੀਗਨ ਹੈ ਆਦੀ ਬੇਟਾ ਵਰਾਇਟੀ ਤਾਂ ਸਹੀ ਗੱਲ ਹੈ ਤੁਹਾਡੀ ਵਰਾਇਟੀ ਤਾਂ ਬਹੁਤ ਜ਼ਿਆਦਾ ਅਤੇ ਵਰਾਇਟੀ ਖਤਮ ਹੋਣ 'ਤੇ ਹੀ ਨਹੀਂ ਆ ਰਹੀ ਹੈ ਹੁਣ ਹਜੇ ਆਪਾਂ ਕੋਟਸ ਖਤਮ ਕੀਤੇ ਹੈ ਥੱਲੇ ਪੁੱਲੋਵਰਸ ਖਤਮ ਕੀਤੇ ਹੈ ਸੂਟਸ ਖਤਮ ਕੀਤੇ ਹੈ ਕੋਟ ਸੈਟਸ ਦੇਖੇ ਹੈ ਅਤੇ ਹੁਣ ਕਾਰਡੀਗਨਸ ਵੀ ਆ ਗਏ ਨੇ ਹਲੋ ਕਾਰਡੀਗਨ ਇਸ ਬਹੁਤ ਵਰਾਇਟੀ ਹੈ ਤੁਹਾਨੂੰ ਥੋੜ੍ਹੇ ਪੀਸ ਦਿਖਾਉਂਦਾ ਮੈਂ ਹੇਅਰ ਬੁੱਲ ਦੀ ਕਾਰਡੀਗਨ ਹੈ 1300-1400 ਰੁਪਏ ਰੇਟ ਹੈ ਇਹਦਾ ਆਪਾਂ 1400 ਰੁਪਏ ਦੇ ਦੋ ਦੇਵਾਂਗੇ ਹਰ ਚੀਜ਼ ਦੋ ਕੋਈ ਇੱਕ ਚੀਜ਼ ਮਿਲ ਹੀ ਨਹੀਂ ਰਹੀ ਹੈ ਇੱਕ ਪ੍ਰਾਈਸ 'ਚ ਹਰ ਚੀਜ਼ ਦੋ ਅਤੇ ਦੋ ਦੇਈ ਜਾਂਦੇ ਨੇ ਅਤੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੇਕਰ ਕਿਸੇ ਨੇ ਇੱਕ ਹੀ ਲੈ ਕੇ ਜਾਣੀ ਹੋਵੇ ਫਿਰ ਜਿਹੜੇ ਤੁਹਾਡੇ ਚੈਨਲ ਥਰੂ ਆਏ ਉਹਨਾਂ ਨੂੰ ਇੱਕ ਵੀ ਦੇ ਦਾਂਗੇ ਇੱਕ ਵੀ ਦੇਵੋਗੇ ਇਹੀ ਵਾਲੇ ਪ੍ਰਾਈਸ ਦੋਗੇ 1400 ਦਾ ਇੱਕ ਦੋਗੇ ਨਹੀਂ 1400 ਦੇ 700 ਰੁਪਏ ਦਾ ਇੱਕ
ਉਹਨਾਂ ਲਈ 700 ਦਾ ਇੱਕ ਵੀ ਹੋ ਜਾਣਾ ਹੈ। ਮੈਂ ਕਸਟਮਰ ਕੇ ਦੀ ਹਕੀਕਤ ਟੀਵੀ ਤੋਂ ਆਇਆ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਦਾਂਗੇ। ਕਿ ਤੁਸੀਂ ਇੱਥੇ ਆ ਕੇ ਭੁੱਲਣਾ ਨਹੀਂ ਹੈ ਇੰਨੀ ਗੱਲ ਕਹਿਣਾ ਕਿ ਤੁਸੀਂ ਹਕੀਕਤ ਟੀਵੀ ਤੋਂ ਆਏ ਹੋ ਤਾਂ ਹੀ ਤੁਹਾਨੂੰ ਐਕਸਟਰਾ ਡਿਸਕਾਊਂਟ ਮਿਲਣ ਵਾਲਾ ਹੈ। ਤੇ ਜੇਕਰ ਤੁਹਾਨੂੰ ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ ਤੇ ਸਕਰੀਨ 'ਤੇ ਦਿੱਤੇ ਗਏ ਨੰਬਰਾਂ 'ਤੇ ਸਕਰੀਨਸ਼ਾਟ ਭੇਜਦੇ ਹੋ ਤਾਂ ਤੁਹਾਨੂੰ ਉਹ ਵਾਲੀ ਜੈਕਟ ਆ ਜਿਹੜੀ ਉਹਨਾਂ ਨੇ ਦਿਖਾਈ ਸੀ, ਤੁਹਾਨੂੰ 5 ਜੈਕਟਾਂ ਤੁਹਾਡੇ ਘਰ ਬਿਲਕੁਲ ਫ੍ਰੀ ਆ ਜਾਣੀਆਂ। ਹਾਂਜੀ ਹਾਂਜੀ। ਤੇ ਇਹਨਾਂ ਕੋਲ ਜੀਨਸ ਦੀ ਵੈਰਾਈਟੀ ਵੀ ਹੈ, ਸਿਰਫ ਬੱਚਿਆਂ ਦੀ ਨਹੀਂ। ਅਜੋ ਵੀ ਦਿਖਾ ਦਿੰਦਾ ਤੁਹਾਨੂੰ। ਚਲੋ ਆਪਾਂ ਜੀਨਸ ਵੱਲ ਵੀ ਇੱਕ ਵਾਰੀ ਨਿਗਾਹ ਮਾਰ ਲੈਂਦੇ ਹਾਂ। ਤੇ ਇਹ ਲੇਡੀਜ਼ ਜੀਨ ਹੈ ਮੈਮ। ਹਾਂਜੀ, ਇਹ ਨਹੀਂ ਹੈ ਵੀ ਸੇਲ ਵਾਸਤੇ, ਫਰੈਸ਼ ਸਟਾਕ ਹੈ ਸਾਰਾ। 1345, 1445, 1545 ਇਹਨਾਂ ਦੀ ਕੰਪਨੀ ਦੇ ਰੇਟ ਹੈ। ਆਪਾਂ ਫਲੈਟ ਦੇਵਾਂਗੇ 1000 ਦੇ ਵਿੱਚ। 1400 ਵਾਲੀ ਜੀਨਸ ਤੁਹਾਨੂੰ 1000 ਦੇ ਵਿੱਚ ਮਿਲ ਜਾਣੀ ਹੈ। ਤੇ ਜਿਹੜੀ ਸੇਲ ਚੱਲੇਗੀ ਉਦੋਂ ਤੱਕ ਦੀ ਆਫਰ ਹੈ ਸਿਰਫ, ਇਹ ਬਾਅਦ ਮੇ ਨਹੀਂ ਹੈ। ਟਾਈਮ ਇਹ ਸੇਲ ਚੱਲਦੀ ਪਈ ਹੈ, ਉਨੀ ਦੇਰ ਤੁਹਾਨੂੰ ਹਰ ਇੱਕ ਜੀਨ ਭਾਵੇਂ ਉਹਦਾ ਪ੍ਰਾਈਸ ਜੋ ਮਰਜ਼ੀ ਹੋਵੇ। ਕਸਟਮਰ ਦੇਖੋ ਵਿੰਟਰ ਲਏਗਾ ਤਾਂ ਉਹਨੂੰ ਜੀਨ ਵੀ ਮੰਗੇਗਾ, ਲੋਅਰ ਵੀ ਚਾਹੀਦਾ, ਸਭ ਕੁਝ ਚਾਹੀਦਾ। ਫਿਰ ਆਪਾਂ ਇਸ ਕਰਕੇ ਜੀਨਸ ਵੀ ਆਫਰ ਹੈ, ਜੈੱਡ ਬਲੈਕ ਕਲਰ ਹੈ, ਕਾਰਗੋ ਦੇ ਵਿੱਚ, ਕਾਰਗੋ ਸਟਾਈਲ ਦੇ ਵਿੱਚ ਮਿਲ ਜਾਣੀ ਹੈ, ਹਰ ਇੱਕ ਸਾਈਜ਼ ਦੇ ਵਿੱਚ ਮਿਲ ਜਾਣੀ ਹੈ। ਮੈਮ 1000 ਫਲੈਟ, ਭਾਵੇਂ 1500 ਦੀ ਹੋਵੇ, ਭਾਵੇਂ 1300 ਦੀ ਹੋਵੇ, ਭਾਵੇਂ 1400 ਦੀ, ਤੁਹਾਨੂੰ ਸਾਰੀਆਂ ਜੀਨਾਂ ਫਲੈਟ 1000 ਦੇ ਵਿੱਚ। 28 ਤੋਂ ਲੈ ਕੇ 36 ਸਾਈਜ਼ ਹੈ, ਜਿਹੜਾ ਮਰਜ਼ੀ ਲੈ ਲਓ। ਸਾਰੇ ਸਟਾਈਲਸ ਅਵੇਲੇਬਲ ਨੇ, ਕਾਰਗੋ ਸਟਾਈਲਸ ਨੇ, ਨੋਰਮਲ ਜੀਨਸ ਨੇ, ਜਿਹੋ ਜਿਹੀ ਵੀ ਜੀਨਸ ਤੁਸੀਂ ਪਸੰਦ ਕਰਨਾ ਚਾਹੋ ਤੁਸੀਂ ਉਹੋ ਜਿਹੀ ਪਸੰਦ ਕਰ ਸਕਦੇ ਹੋ। ਅਤੇ ਤੁਸੀਂ ਦੇਖ ਸਕਦੇ ਹੋ ਕਿ ਜੀਨਸ ਤੁਹਾਨੂੰ ਕੋਈ ਵੀ ਹੋਵੇ, ਕੋਈ ਵੀ ਪ੍ਰਾਈਜ਼ ਰੇਂਜ ਹੋਵੇ, ਤੁਹਾਨੂੰ ਸਾਰੇ ਪ੍ਰਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ। ਅਤੇ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਆਪਣੇ ਦਰਸ਼ਕ ਘਰ ਬੈਠੇ ਦੇਖ ਰਹੇ ਹੋ, ਔਨਲਾਈਨ ਸ਼ਾਪਿੰਗ ਕਿਵੇਂ ਕਰ ਸਕਦੇ? ਔਨਲਾਈਨ ਸ਼ਾਪਿੰਗ ਮੈਮ ਸਕਰੀਨਸ਼ੋਟ ਜਾਂ ਤੁਹਾਨੂੰ ਵਟਸਐਪ ਨੰਬਰ 'ਤੇ ਕੰਟੈਕਟ ਕਰ ਲਓ, ਅਸੀਂ ਉਹਨਾਂ ਨੂੰ ਫੋਟੋ ਭੇਜ ਦਾਂਗੇ ਜਿਹੜਾ ਸਾਈਜ਼ ਚਾਹੀਦਾ, ਜਿਹੜੀ ਚੀਜ਼ ਚਾਹੀਦੀ ਹੈ, ਅਤੇ ਉਹਨਾਂ ਨੂੰ ਅਸੀਂ ਕੋਰੀਅਰ 'ਚ ਭੇਜ ਦਾਂਗੇ। ਕਿੰਨੇ ਦਿਨ ਲੱਗਣਗੇ, ਕਿੰਨੀ ਦੇਰ 'ਚ ਤੁਹਾਡਾ ਜਿਹੜਾ ਕੋਰੀਅਰ? ਕਰਨ ਤੋਂ ਬਾਅਦ ਮੈਮ 2 ਦਿਨ ਦਾ ਪ੍ਰੋਸੈਸ ਹੈ। ਠੀਕ ਹੈ। ਹਰ ਪੈਨ ਇੰਡੀਆ ਜਾਂਦੇ ਨੇ ਤੁਹਾਡੇ ਕਿ ਸਿਰਫ ਪੰਜਾਬ ਦੇ ਵਿੱਚ? ਨਹੀਂ, ਇੰਡੀਆ ਦੇ ਵਿੱਚ ਪੂਰੇ। ਪੈਨ ਇੰਡੀਆ ਤੁਸੀਂ ਕਿਧਰੋਂ ਵੀ ਹੈਗੇ ਹੋ, ਤੁਸੀਂ ਪੰਜਾਬ 'ਚੋਂ, ਤੁਸੀਂ ਜਿਹੜੀ ਮਰਜ਼ੀ ਸਟੇਟ ਤੋਂ ਬਹਿ ਕੇ ਇਹ ਵੀਡੀਓ ਦੇਖ ਰਹੇ ਹੋ, ਤੁਸੀਂ ਹਰ ਕਿਸੇ ਸਾਈਡ ਤੋਂ ਤੁਸੀਂ ਔਨਲਾਈਨ ਸ਼ਾਪਿੰਗ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਵਰਾਈਟੀ ਹੁਣੇ ਪਸੰਦ ਆਈ ਹੋਵੇ ਤਾਂ ਜਿਹੜੇ ਔਨਲਾਈਨ ਸ਼ਾਪਿੰਗ ਕਰ ਰਹੇ ਨੇ ਉਹਨਾਂ ਲਈ ਵੀ ਇਹ ਸੇਲ? ਹਾਂਜੀ, ਸਭ ਦੇ ਵਾਸਤੇ ਸੇਲ ਹੈ। ਔਰ ਜਿਹੜੀ ਜੀਨਸ ਆਪਣੇ, ਮੰਨ ਲਓ ਕਿਡਜ਼ ਹੈ, ਗਰਲਜ਼ ਹੈ, ਬੋਆਇਜ਼ ਹੈ, ਜੈਂਟਸ ਹੈ, ਸਭ 'ਤੇ ਡਿਸਕਾਊਂਟ ਹੈ, ਉਹ 'ਤੇ ਵੀ ਡਿਸਕਾਊਂਟ ਦੇਵਾਂਗੇ। ਹਰ ਇੱਕ ਚੀਜ਼ 'ਤੇ ਤੁਹਾਨੂੰ ਡਿਸਕਾਊਂਟ ਮਿਲਣ ਵਾਲਾ, ਭਾਵੇਂ ਉਹ ਕਿਡਜ਼ ਦੀ ਹੋਵੇ, ਭਾਵੇਂ ਉਹ ਜੈਂਟਸ ਦੀ ਹੋਵੇ। 50% ਡਿਸਕਾਊਂਟ ਹੈ। ਲੇਡੀਜ਼ ਦਾ ਆਪਣੇ ਫਲੈਟ 1000 ਦੀ ਕਰਤੀ, ਮੈਨਸ ਵੀਅਰ ਵੀ ਜੀਨਸ 1000 ਰੁਪਏ ਦੇ ਦਾਂਗੇ। ਮੈਨਸ ਦੀ ਹੋਵੇ ਭਾਵੇਂ ਲੇਡੀਜ਼ ਦੀ ਹੋਵੇ, ਤੁਹਾਨੂੰ ਸਾਰੀ ਜੀਨਸ ਦੀ ਵਰਾਈਟੀ 1000 ਦੇ ਵਿੱਚ ਮਿਲ ਜਾਣੀ ਹੈ। ਅਤੇ ਜੇਕਰ ਤੁਸੀਂ ਆਪਣੇ ਘਰ ਬਹਿ ਕੇ ਵੀ ਸ਼ੋਪਿੰਗ ਕਰੋ ਤਾਂ ਇੱਦਾਂ ਨਹੀਂ ਹੈ ਕਿ ਤੁਹਾਨੂੰ ਇੱਧਰ ਆਉਣਾ ਹੀ ਪਊਗਾ, ਤਾਂ ਹੀ ਤੁਹਾਨੂੰ ਫਲੈਟ 1000 ਦੇ ਵਿੱਚ ਇਹ ਜੀਨਸ ਮਿਲਣਗੀਆਂ, ਤਾਂ ਹੀ ਤੁਹਾਨੂੰ 20-50% ਦਾ ਆਫ ਮਿਲੂਗਾ। ਹਾਂਜੀ, ਸਿਰਫ 1000 ਰੁਪਏ ਦੀ। ਨਵੇਂ ਆਰਟੀਕਲ ਆਏ ਸਾਰੇ ਇਹ, ਤੁਸੀਂ ਮੈਨਸ ਦੀ ਵਰਾਈਟੀ ਵੀ ਦੇਖ ਸਕਦੇ ਹੋ ਕਿ ਕਿਹੜੀ ਵਰਾਈਟੀ ਆਈ ਹੋਈ ਹੈ। ਹਾਂਜੀ, ਆਹ ਦੇਖੋ ਆਰਟੀਕਲ, ਦੇਖੋ ਆਰਟੀਕਲਸ ਬਹੁਤ ਸੋਹਣੇ ਸੋਹਣੇ ਆਏ ਹੋਏ ਮੈਂਸ ਦੀ ਜੀਨਸ ਦਾ, ਮੈਨੂੰ ਆਰਟੀਕਲਸ ਬਹੁਤ ਸੋਹਣੇ ਲੱਗ ਰਹੇ ਜੀ। 1000 ਇਹ ਮੈਮ 1300-1400 ਬਾਜ਼ਾਰ 'ਚ ਵਿਕਦੀ ਹੋਈ ਹੈ, ਆਪਾਂ 1000 ਇਹਦੀ ਨਾਲ ਡਿਸਕਾਊਂਟ ਦੇ ਦਾਂਗੇ। ਜੀਨਸ 'ਤੇ ਵੀ ਤੁਹਾਨੂੰ ਡਿਸਕਾਊਂਟ ਮਿਲਣ ਵਾਲਾ, ਅਤੇ ਭਾਵੇਂ ਮੈਂਸ ਦੀ ਹੋਵੇ ਭਾਵੇਂ ਲੇਡੀਜ਼ ਦੀ ਹੋਵੇ, ਅਤੇ ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਆ। ਟਰਾਊਜ਼ਰਸ ਵੀ ਮਿਲ ਜਾਣੇ ਆ ਤੁਹਾਨੂੰ, ਅਤੇ ਟਰਾਊਜ਼ਰਸ ਦਾ ਕੀ ਪ੍ਰਾਈਸ ਪੈ ਜਾਊਗਾ ਸਰ? ਮੈਮ 1400 ਰੁਪਏ 2। 1400 ਦੇ 2 ਅਤੇ 700 ਦਾ ਇੱਕ ਵੀ ਮਿਲ ਜਾਣਾ ਤੁਹਾਨੂੰ, ਇੱਦਾਂ ਦੀ ਗੱਲ ਨਹੀਂ ਕਿ 2 ਹੀ ਲੈ ਕੇ ਜਾਣੇ ਪੈਣੇ ਆ, ਤੁਹਾਨੂੰ 1400 ਦੇ 2 ਟਰਾਊਜ਼ਰਸ ਮਿਲ ਜਾਣੇ, ਉਹ ਵੀ ਸੀਤੇ ਸਿਲਾਏ। ਕਿੰਨੇ ਜ਼ਿਆਦਾ ਮਹਿੰਗੇ ਪੈ ਜਾਂਦੇ ਜਦੋਂ ਆਪਾਂ ਬਾਹਰੋਂ ਸਿਲਵਾਉਣ ਜਾਂਦੇ ਹਾਂ, ਜਦੋਂ ਆਪਾਂ ਕੱਪੜਾ ਲੈ ਕੇ ਜਾਂਦੇ ਹਾਂ ਬਾਹਰ? 1000+ ਪੈਂਦੀ ਮੈਮ। ਹਾਂਜੀ ਹਾਂਜੀ, ਕੱਪੜਾ ਆਉਂਦਾ, ਸਟਿਚਿੰਗ 400-500 ਰੁਪਇਆ, ਫਿਰ ਟਾਈਮ 1400 ਦੇ 2 ਦੇ ਟਾਈਮ ਲੱਗਦਾ, 2-3 ਦਿਨ ਵੇਟ ਕਰਨੀ ਪੈਂਦੀ, ਆਪਾਂ 1400 ਰੁਪਏ 2 ਦੇ ਰਹੇ ਹਾਂ।
ਤੇ ਇਹ ਤਾਂ ਦੇਖੀਏ ਆਪਾਂ ਜੀਨਸ ਦੀ ਵਰਾਇਟੀ ਮੈਨਸ ਦੇ ਲਈ ਤੇ ਵੁਮੈਨ ਦੇ ਲਈ, ਲੇਕਿਨ ਆਪਾਂ ਹੁਣ ਮੈਂ ਸੁਣਿਆ ਇਹਨਾਂ ਦੀ ਨਾ ਜਿਹੜੀ ਬੱਚਿਆਂ ਦੀ ਵਰਾਇਟੀ ਹੈ ਨਾ ਉਹ ਪੂਰੇ ਪੰਜਾਬ ਦੇ ਵਿੱਚ ਇਹਨਾਂ ਨਾਲੋਂ ਵੱਧ ਵਰਾਇਟੀ ਕਿਸੇ ਹੋਰ ਕੋਲ ਨਹੀਂ ਹੋਣੀ, ਇਹਨਾਂ ਨਾਲੋਂ ਸੋਹਣੀ ਵਰਾਇਟੀ ਕਿਸੇ ਹੋਰ ਕੋਲ ਨਹੀਂ ਹੋਣੀ, ਤੇ ਇਹਨਾਂ ਨਾਲ ਸਸਤੀ ਵਰਾਇਟੀ ਕੋਈ ਹੋਰ ਕੋਲ ਨਹੀਂ ਹੋਣੀ, ਤੇ ਕੁਆਲਿਟੀ ਨਾਲ ਵੀ ਕੋਈ ਕੰਪਰੋਮਾਈਜ਼ ਨਹੀਂ। ਆਪਾਂ ਬੱਚਿਆਂ ਦੀ ਵਰਾਇਟੀ ਵੀ ਦੇਖ ਲੈਂਦੇ ਹਾਂ ਕਿ ਕਿਹੋ ਜਿਹੀ ਵਰਾਇਟੀ ਹੈ ਬੱਚਿਆਂ ਦੀ, ਤੇ ਇੱਧਰ ਆਪਾਂ ਦੇਖ ਰਹੇ ਹਾਂ ਕਿ ਇੱਧਰ ਸੈਕਸ਼ਨ ਹੀ ਸਾਰਾ ਬੱਚਿਆਂ ਦੀ ਵਰਾਇਟੀ ਦਾ ਲੱਗਿਆ ਹੋਇਆ, ਇੱਧਰ ਸਵੈਟਸ਼ਰਟਾਂ ਲੱਗੀਆਂ ਹੋਈਆਂ ਨੇ, ਤੇ ਆਪਾਂ ਭਾਜੀ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਮੈਨੂੰ ਬੱਚਿਆਂ ਦੀ ਵਰਾਇਟੀ ਦਿਖਾਓ, ਤੇ ਆਪਾਂ ਦੇਖ ਰਹੇ ਹਾਂ ਕਿ ਬੱਚੇ ਵੀ ਤਾਂ ਸਾਡੇ ਫੈਸ਼ਨੇਬਲ ਨੇ, ਤੇ ਉਹਨਾਂ ਲਈ ਕੀ ਵਰਾਇਟੀ ਹੈ। ਪੂਰੀ ਹੈਵੀ ਸਵੈਟ ਹੈ, 18 ਤੋਂ ਲੈ ਕੇ 36 ਸਾਈਜ਼ ਹੈ, ਫਲੈਟ 500 ਰੁਪਏ। 500 ਈਚ, ਲਾਈਕ ਤੁਸੀਂ 500 ਦੇ ਵਿੱਚ ਕੋਈ ਵੀ ਲੈ ਕੇ ਜਾ ਸਕਦੇ ਹੋ, ਵਰਾਇਟੀ ਖਤਮ ਨਹੀਂ ਹੋਣੀ। ਦੋ ਨੇ 500 ਰੁਪਏ ਦੀ ਸਿੰਗਲ, 1000 ਦੀ ਦੋ ਲੈ ਕੇ ਜਾਓ, 500 ਦੀ ਇੱਕ ਲੈ ਜਾਓ ਤੁਸੀਂ, ਤੇ ਤੁਸੀਂ ਵਰਾਇਟੀ ਦੇਖੋ ਬੱਚਿਆਂ ਦੀ ਵੀ ਸੋਹਣੀ। ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 50 ਰੁਪਏ ਡਿਸਕਾਊਂਟ ਦੋ ਪੀਸਾਂ ਤੇ। 50 ਰੁਪਏ ਡਿਸਕਾਊਂਟ, 950 ਦੋ ਤੁਹਾਨੂੰ, 950 ਦੀ ਦੋ ਮਿਲ ਜਾਣੀ ਹੈ ਜੇਕਰ ਵੀਡੀਓ ਸ਼ੇਅਰ ਕਰਕੇ ਤੁਸੀਂ ਆਓਗੇ ਇੱਥੇ ਆ ਕੇ, ਤੁਸੀਂ ਕਹੋਗੇ ਕਿ ਤੁਸੀਂ ਹਕੀਕਤ ਟੀਵੀ ਪੰਜਾਬੀ ਵੱਲੋਂ ਆਏ ਹੋ, ਤਾਂ 950 ਤੋਂ ਤੁਹਾਨੂੰ ਦੋ ਮਿਲ ਜਾਣੀ। 500 ਦੇ ਵਿੱਚ ਤੁਹਾਨੂੰ ਫਲੀਸ ਵਾਲੀ ਇਹ ਬੱਚਿਆਂ ਦੇ ਟਰਾਊਜ਼ਰਸ ਮਿਲ ਜਾਣੇ ਹੈ, ਤੇ ਤੁਹਾਨੂੰ ਹੁਣ ਉਹਨਾਂ ਨੂੰ ਲੇਅਰ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਸਿਰਫ ਸਿੰਗਲ ਏ ਪੀਸ ਵੀ ਲੈ ਕੇ ਜਾ ਸਕਦੇ ਹੋ, ਤੇ ਕਲਰ ਵਰਾਇਟੀ ਬਹੁਤ ਸੋਹਣੀ ਹੈ, ਤੇ ਹੋਰ ਵੀ ਟਰਾਈ ਦੇ ਵਿੱਚ ਵੀ ਆ ਗਏ। ਸਾਰਿਆਂ 'ਚ ਤੁਹਾਨੂੰ ਡਿਸਕਾਊਂਟ ਮਿਲ ਜਾਣਾ, ਇਹਨਾਂ ਦੇ ਪ੍ਰਾਈਜ਼ ਜੋ ਵੀ ਤੁਹਾਨੂੰ 20% ਡਿਸਕਾਊਂਟ ਦੇ ਵਿੱਚ ਮਿਲ ਜਾਣਾ। ਆਪਾਂ ਥੱਲੇ ਜਿਹੜੀ ਵਰਾਇਟੀ ਦੇਖੀ ਉਹ 650 ਕੁਛ ਦੀ ਸੀਗੀ, ਤੇ ਤੁਹਾਨੂੰ 500 ਦੇ ਆਸ ਪਾਸ ਮਿਲ ਜਾਣੀ ਹੈ, ਤੁਸੀਂ ਆਪ ਦੇਖ ਸਕਦੇ ਹੋ ਕਿ 20% ਆਫ ਦੇ ਨਾਲ ਤੁਹਾਨੂੰ ਮਿਲ ਜਾਣਾ। ਕਿਡਜ਼ ਲੋਅਰ ਹੈ, ਇੱਕ ਨਾ ਇੱਕ ਫ੍ਰੀ, 600 ਰੁਪਏ ਦੋ। 600 ਦੇ ਦੋ ਲੋਅਰਸ, 600 ਦੇ ਦੋ ਲੋਅਰਸ, 700 ਰੁਪਏ ਦੇ ਦੋ, 600 ਦੇ ਦੋ, 700 ਦੇ ਦੋ, ਲਾਈਕ ਵਰਾਇਟੀ ਖਤਮ ਨਹੀਂ ਹੋਣ ਤੇ ਆ ਰਹੀ ਹੈ, ਤੇ ਉਹਨਾਂ ਦੇ ਡਿਸਕਾਊਂਟਸ ਵੀ ਨਹੀਂ ਮੁੱਕਣ ਤੇ ਆ ਰਹੇ ਨੇ। ਹਲੋ, ਕਿਡਜ਼ ਸ਼ਰਟਸ ਹੈ, ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਦੇ ਵਾਸਤੇ ਸਪੈਸ਼ਲ ਆਫਰ, 500 ਰੁਪਏ ਦੇ ਦੋ। 500 ਦੀ ਦੋ ਸ਼ਰਟਾਂ, ਸ਼ਰਟਾਂ ਨਹੀਂ ਤੁਹਾਨੂੰ ਸਸਤੀਆਂ ਮਿਲਣੀਆਂ ਕਿੱਧਰੋਂ ਵੀ, ਬਟ ਤੁਹਾਨੂੰ 500 'ਚ ਦੋ ਮਿਲ ਜਾਣੀਆਂ ਨੇ। ਕੁਆਲਿਟੀ ਦੇਖੋ, ਵਾਸ਼ਿੰਗ ਵਾਲੀ ਸ਼ਰਟ 580 ਰੁਪਏ ਦੀ ਸ਼ਰਟ ਹੈ। ਆਪਾਂ ਤੁਹਾਡੇ ਚੈਨਲ 'ਤੇ ਜਿਹੜਾ ਆਏਗਾ ਸ਼ੇਅਰ ਕਰਕੇ, ਕਮੈਂਟ ਕਰਕੇ, ਲਾਈਕ ਕਰਕੇ ਉਹਨੂੰ 500 ਰੁਪਏ ਦੋ ਦੇਵਾਂਗੇ। 580 ਦੀ ਸਿੰਗਲ ਸ਼ਰਟ ਹੈ ਤੇ 500 ਦੀ ਦੋ ਮਿਲ ਜਾਣੀਆਂ ਨੇ, ਇਹ ਤੋਂ ਵਧੀਆ ਤੁਹਾਨੂੰ ਜਿਹੜੀ ਸਟੀਲ ਡੀਲ ਹੈ ਉਹ ਕਿਤੇ ਹੋਰ ਨਹੀਂ ਮਿਲਣ ਵਾਲੀ। ਤੇ ਵਰਾਇਟੀ ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ, ਵਰਾਇਟੀ ਤਾਂ ਤੁਸੀਂ ਆ ਕੇ ਚੈੱਕ ਕਰ ਲਓ, ਇੰਨੀ ਵਰਾਇਟੀ ਆਪਾਂ ਰੱਬ ਤੋਂ ਡਰ ਕੇ ਕਹਿੰਦੇ ਹਾਂ ਵੀ ਕਿਸੇ ਕੋਲ ਨਹੀਂ ਹੋਏਗੀ। ਵਰਾਇਟੀ ਦੇਖੋ ਤੁਸੀਂ, ਸਾਰੀ ਨਿਗਾਹ ਮਾਰੋ ਕਿੰਨੀ ਵਰਾਇਟੀ ਆਪਣੇ ਕੋਲ। ਵਰਾਇਟੀ ਤਾਂ ਬਹੁਤ ਹੈ, ਤੇ ਮੇਰੇ ਪਿੱਛੇ ਜਿੰਨੀ ਵੀ ਤੁਸੀਂ ਵਰਾਇਟੀ ਦੇਖ ਸਕਦੇ ਹੋ ਸਾਰੇ ਬੱਚਿਆਂ ਦੀ ਵਰਾਇਟੀ ਲੱਗੀ ਹੋਈ ਹੈ, ਇਹ ਸਾਰਾ ਦਾ ਸਾਰਾ ਸੈਕਸ਼ਨ ਬੱਚਿਆਂ ਦਾ ਹੈ, ਤੇ ਕੁਆਲਿਟੀ ਤੇ ਹਰ ਇੱਕ ਚੀਜ਼ ਤੁਹਾਨੂੰ ਸਸਤੀ ਤੋਂ ਸਸਤੀ ਮਿਲਣ ਵਾਲੀ ਹੈ। ਹਾਂਜੀ ਹਾਂਜੀ, ਕੁਆਲਿਟੀ ਦਾ ਤੁਹਾਨੂੰ ਵਾਸ਼ਿੰਗ ਦੀ ਸ਼ਰਟ ਹੈ, ਫੁੱਲ ਗਾਰੰਟੀ ਹੈ, ਕੋਈ ਵੀ ਕੰਪਲੇਂਟ ਆ ਵਾਪਸੀ ਹੈ, ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ। ਆਪਣਾ ਜਿਹੜਾ ਮੇਨ ਕੰਕਲੂਜਨ ਨਿਕਲ ਰਿਹਾ ਇਸ ਵੀਡੀਓ ਤੋਂ ਬਾਅਦ ਉਹ ਆਹੀ ਨਿਕਲ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ, ਜੇਕਰ ਤੁਸੀਂ ਇਹ ਸਾਰੇ ਆਫਰਸ, ਜਿੰਨੇ ਵੀ ਡਿਸਕਾਊਂਟਸ ਨੇ, ਜਿੰਨੇ ਵੀ ਆਫਰਸ ਨੇ, ਡਿਸਕਾਊਂਟਡ ਪ੍ਰਾਈਜ਼ ਨੇ, ਬਾਏ ਵਨ ਗੈਟ ਵਨ, ਬਾਏ ਵਨ ਗੈਟ ਟੂ ਪ੍ਰਾਈਜ਼ ਨੇ, ਉਹ ਸਾਰਿਆਂ ਦਾ ਜਿਹੜਾ ਤੁਸੀਂ ਜੇਕਰ ਫਾਇਦਾ ਚੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਡੀਓ ਨੂੰ ਕੀ ਕਰਨਾ, ਸ਼ੇਅਰ ਕਰਨਾ ਪਏਗਾ ਜੀ, ਵੱਧ ਤੋਂ ਵੱਧ ਸ਼ੇਅਰ ਕਰਨਾ, ਵੱਧ ਤੋਂ ਵੱਧ ਆਪਣੇ ਲਿੰਕ ਤੁਸੀਂ ਕਾਪੀ ਕਰਕੇ ਆਪਣੇ ਫਰੈਂਡਸ ਦੇ ਵਿੱਚ ਭੇਜ ਸਕਦੇ ਹੋ, ਆਪਣੀ ਫੈਮਿਲੀ ਮੈਂਬਰ ਨੂੰ ਭੇਜ ਸਕਦੇ ਹੋ, ਤੇ ਸਕਰੀਨਸ਼ਾਟ ਭੇਜਣਾ ਨਾ ਭੁੱਲਿਓ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ, ਤੇ ਤੁਹਾਨੂੰ ਮਿਲਣ ਵਾਲਾ ਹੈ ਬਹੁਤ ਕੁਛ ਫ੍ਰੀ, 5 ਜੈਕਟਾਂ ਵੀ ਮਿਲਣ ਵਾਲੀਆਂ, ਇੰਨੇ ਸੋਹਣੇ ਸੋਹਣੇ ਡਿਸਕਾਊਂਟਸ ਵੀ ਮਿਲਣ ਵਾਲੇ, ਤੇ ਜਿਹੜੇ ਇਹ ਕੈਪਸ ਤੇ ਸਕਾਰਫ ਨੇ ਉਹ ਤਾਂ ਇਹ ਫ੍ਰੀ ਵਾਂਗੂ ਵੰਡੀ ਜਾ ਰਹੇ, ਕੈਪ ਤੇ ਵੀ ਆਫਰ ਆ ਰਹੀ ਹੈ, ਭਾਜੀ ਕਹਿ ਰਿਹਾ ਸਾਰੀ ਆਫਰਾਂ ਤੁਸੀਂ ਲੈ ਕੇ ਹੀ ਜਾਓ, ਅਸੀਂ ਕਿਸੇ ਵੀ ਚੀਜ਼ ਤੇ ਕੋਈ ਵੀ ਆਫਰ ਦਾ ਮੌਕਾ ਨਹੀਂ ਛੱਡਣਾ, ਤੇ ਆਪਾਂ ਇਹ ਵੀ ਪੁੱਛ ਲੈਂਦੇ ਹਾਂ ਹੁਣ ਕੈਪ ਤੇ ਕਿਹੜੀ ਆਫਰ ਆਉਣ ਵਾਲੀ ਹੈ। ਅੱਜ ਨਵੀਂ ਆਈ ਹੈ ਕਿਡਜ਼ ਕੈਪ ਹੈ, ਇੱਕ ਨਾ ਇੱਕ ਫ੍ਰੀ ਦੇ ਦਾਂਗੇ ਜਿਹੜਾ ਤੁਹਾਡੇ ਚੈਨਲ ਥਰੂ ਆਏਗਾ। ਇੱਕ ਕੈਪ ਕਿੰਨੇ ਦੀ ਹੈ? 325 ਰੁਪਏ ਦੀ, 325 ਦੀ ਕੈਪ ਹੈ, ਇੱਕ ਸਿੰਗਲ ਕੈਪ, ਤੁਸੀਂ ਕੈਪ ਦੇਖ ਰਹੇ ਹੋ ਕਿੰਨੀ ਸੋਹਣੀ ਕੈਪ ਹੈ, ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਵਾਓਗੇ ਕਿੰਨੀ ਸੋਹਣੀ ਲੱਗਣ ਵਾਲੀ ਹੈ, ਬਟ ਤੁਸੀਂ ਤੁਹਾਨੂੰ ਇਹ ਕੈਪ ਇੱਕ ਨਾਲ ਇੱਕ ਫ੍ਰੀ ਮਿਲ ਜਾਣੀ ਹੈ, ਫ੍ਰੀ ਵਾਂਗੂ ਵੱਢ ਰਹੇ, ਦੇਖ ਲਓ ਡਿਜ਼ਾਈਨ, ਦੇਖੋ ਨਵਾਂ ਮਾਲ ਆਇਆ, ਸਾਰਾ ਸਾਈਜ਼ ਪ੍ਰੋਪਰ ਸਾਰੇ ਨੇ, ਹਰ ਤਰ੍ਹਾਂ ਦਾ ਸਾਈਜ਼ ਮਿਲ ਜੂਗਾ, ਹਰ ਤਰ੍ਹਾਂ ਦੀ ਵਰਾਇਟੀ, ਹਰ ਤਰ੍ਹਾਂ ਦਾ ਕਲਰ ਮਿਲ ਜੂਗਾ, ਤੁਹਾਡੇ ਬੱਚੇ ਵੀ ਬਹੁਤ ਸੋਹਣੇ ਸੋਹਣੇ ਲੱਗਣ ਵਾਲੇ ਆਲੀ ਵਰਾਇਟੀ ਨੂੰ ਪਾ ਕੇ। ਲੇਡੀਜ਼ ਕੈਪ ਦੇਖੋ, ਟਰਾਈ ਕਰਕੇ ਤੁਸੀਂ
ਤੁਸੀਂ ਦੇਖੋ ਮੈਂ ਪਾ ਕੇ ਦੇਖ ਲਈ ਹੋਈ ਹੈ ਮੇਰੇ ਤੇ ਕਿਹੋ ਜਿਹੀ ਲੱਗ ਰਹੀ ਹੈ ਤੇ ਤੁਹਾਡੇ ਤੇ ਵੀ ਇਦਾਂ ਦੀ ਲੱਗਣ ਵਾਲੀ ਹੈ। ਹੁਣ ਤੁਹਾਨੂੰ ਵੀ ਆਈਡੀਆ ਹੋ ਜੂਗਾ ਕਿ ਕਿਹੋ ਜਿਹੀ ਕੈਪਸ ਨੇ ਤੇ ਤੁਹਾਡੇ ਤੇ ਕਿਹੋ ਜਿਹੀ ਲੱਗਣ ਵਾਲੀ ਹੈ। ਇਹ ਹੈਟ ਸਟਾਈਲ ਆ ਗਿਆ ਹੋਇਆ ਤੇ ਆਪਾਂ ਇਹ ਵੀ ਇੱਕ ਵਾਰ ਟਰਾਈ ਕਰਕੇ ਦੇਖ ਲੈਂਦੇ ਹਾਂ। ਤੇ ਆਹ ਦੇਖੋ ਤੁਸੀਂ ਵੀ ਪਾ ਸਕਦੇ ਹੋ, ਇਹ ਹੈਟ ਸਟਾਈਲ ਦੀ ਕੈਪ ਹੈ ਤੇ ਤੁਹਾਡੇ ਵੀ ਇੱਦਾਂ ਦੀ ਲੱਗਣ ਵਾਲੀ ਹੈ। 525 ਦੇ ਵਿੱਚ ਇੱਕ ਨਾਲ ਇੱਕ ਫ੍ਰੀ, ਤੁਹਾਡਾ ਮੂੰਹ ਵੀ ਲੁਕ ਜਾਣਾ, ਤੁਹਾਡੀ ਅੱਖਾਂ ਵੀ ਲੁਕ ਜਾਣੀਆਂ, ਤੁਸੀਂ ਤੁਹਾਡੇ ਕੰਨ ਵੀ ਲੁਕ ਜਾਣੇ, ਤੁਹਾਨੂੰ ਠੰਡ ਨਹੀਂ ਲੱਗਣ ਵਾਲੀ। ਤੇ ਜੇਕਰ ਇੰਨੀ ਕਿਫਾਇਤੀ ਦਾਮ ਦੇ ਵਿੱਚ, ਇੰਨੇ ਕਿਫਾਇਤੀ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਮਿਲ ਜਾਵੇ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ। ਆਪਾਂ ਜਿਹੜੀ ਵਰਾਇਟੀ ਦਿਖਾਈ ਤੁਸੀਂ ਵੀਡੀਓ 'ਚ ਦਿਖਾਈ, ਜੇਕਰ ਕੋਈ ਹੋਰ ਘਰੇ ਬਹਿ ਕੇ ਵਰਾਇਟੀ ਦੇਖਣਾ ਚਾਹੇ ਤਾਂ ਉਹ ਕਿਵੇਂ ਤੁਹਾਨੂੰ ਕੰਟੈਕਟ ਕਰ ਸਕਦੇ? ਉਹ ਸਾਨੂੰ ਫੋਨ ਵੀਡੀਓ ਕਾਲ ਲਗਾ ਕੇ ਅਸੀਂ ਉਹਨੂੰ ਸਾਰੀ ਵਰਾਇਟੀ ਦਿਖਾ ਦਾਂਗੇ ਜੀ। ਇੰਡੀਆ 'ਚ ਕਿਤੇ ਵੀ ਹੈ, ਵਰਲਡ 'ਚ ਕਿਤੇ ਵੀ ਹੈ, ਤੁਸੀਂ ਬਾਹਰ ਮੰਗਾਉਣੇ ਆ ਜਿਵੇਂ ਫੋਰਨ ਦੇ ਵਿੱਚ ਵੀ ਮੰਗਾਉਣੇ ਆ, ਅਸੀਂ ਤੁਹਾਨੂੰ ਵਰਾਇਟੀ ਦਿਖਾ ਦਾਂਗੇ, ਅਸੀਂ ਉਹਨਾਂ ਨੂੰ ਕੋਰੀਅਰ ਕਰ ਦਾਂਗੇ ਜੀ। ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਇਹਨਾਂ ਦੇ ਜਿਹੜੇ ਤੁਹਾਨੂੰ ਸਕਰੀਨ ਦੇ ਦਿੱਤੇ ਗਏ ਨੰਬਰ ਨੇ, ਤੁਸੀਂ ਇਹਨਾਂ ਨੂੰ ਵਟ ਜੀ ਆਪਣੇ ਕੋਲ ਲੜਕਾ, ਉਹ ਸਾਰਾ ਤੁਹਾਨੂੰ ਤਸੱਲੀ ਕਰਾਏਗਾ ਤੁਹਾਡੀ। ਉਹ ਰੇਟ ਵੀ ਇਹੀ ਰਹਿਣਗੇ, ਇਹ ਨਹੀਂ ਹੈ ਵੀ ਰੇਟ ਚੇਂਜ ਹੋਣਗੇ, ਰੇਟ ਇਹੀ ਰਹਿਣਗੇ ਕਿ ਜੀ ਜੋ ਵੀ ਹੋਏਗਾ ਤੁਹਾਨੂੰ ਕੋਰੀਅਰ ਅਸੀਂ ਤੁਹਾਡੀ ਪਹੁੰਚ ਹੀ ਕਰ ਦਾਂਗੇ। ਆਈ ਥਿੰਕ ਮੈਨੂੰ ਇਹਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਸਿਰਫ ਔਰ ਸਿਰਫ ਕੰਪਨੀ ਦਾ ਮਾਲ ਹੈ, ਕੇਟੀ ਦਾ। ਇਹ 1600-1800 ਰੁਪਏ ਦੀ ਕਾਰਡੀਗਨ ਹੈ ਮੈਮ, ਇਹ ਐਮ ਤੋਂ ਲੈ ਕੇ ਡਬਲ ਐਕਸਲ ਹੈ, ਇੱਕ ਨਾ ਇੱਕ ਫ੍ਰੀ 1600 ਦੀਆਂ, ਫ੍ਰੀ 1600 ਦੀ ਤੁਹਾਨੂੰ ਇੱਕ ਪੈ ਜਾਣੀ ਹੈ 800 ਦੀ। ਹਾਂ, 1600-1800 ਰੁਪਏ ਇਹਦਾ ਰੇਟ ਹੈ, ਅਸੀਂ ਇੱਕ ਨਾ ਇੱਕ ਫ੍ਰੀ ਦੇ ਦਾਂਗੇ। ਮੈਨਜ਼ ਲੋਅਰ ਹੈ ਇਹ ਬਰਬਰੀ ਦੀ, ਆਹ ਦੇਖੋ ਤੁਸੀਂ 1000+ ਐਮ ਤੋਂ ਲੈ ਕੇ 5XL ਸਾਈਜ਼ ਹੈ ਮੈਮ। ਇਹ 1400 ਰੁਪਏ ਦੋ, 1400 ਦੇ ਦੋ। ਆਪ ਦੇਖ ਕੇ ਹੈਰਾਨ ਆ ਕਿ ਇੱਕ ਨਾਲ ਇੱਕ ਫ੍ਰੀ ਹਰ ਇੱਕ ਚੀਜ਼, ਇੱਕ ਨਾਲ ਇੱਕ ਫ੍ਰੀ ਹਰ ਚੀਜ਼ ਤੇ 20-50% ਡਿਸਕਾਊਂਟ। ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਦੇ ਵਿੱਚ ਕਿਸੇ ਨੇ ਵੀ ਇੰਨੀ ਵਧੀਆ ਸਟੀਲ ਡੀਲ ਲਾਈ ਹੋਣੀ ਹੈ ਕਿ ਤੁਸੀਂ ਜਿਹੜਾ ਮਰਜ਼ੀ ਚੀਜ਼ ਚੱਕ ਕੇ ਲੈ ਜਾਓ, ਭਾਵੇਂ ਕਿਡਸ ਲਈ ਹੋਵੇ, ਭਾਵੇਂ ਵਿਮਨ ਲਈ ਹੋਵੇ, ਭਾਵੇਂ ਮੈਨ ਲਈ ਹੋਵੇ, ਸਾਰਾ ਕੁਛ ਤੁਹਾਨੂੰ ਮਿਲ ਜਾਣਾ ਇੱਕ ਨਾਲ ਇੱਕ ਫ੍ਰੀ ਤੇ ਵਰਾਇਟੀ ਦੀ ਕੋਈ ਕਮੀ ਨਹੀਂ ਹੈਗੀ। ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ, ਇਹ ਪਿੱਛੇ ਹਜੇ ਸਿਰਫ ਔਰ ਸਿਰਫ ਕਿਡਸ ਦਾ ਸੈਕਸ਼ਨ ਹੈ, ਇਹ ਸਾਰੀ ਵਰਾਇਟੀ ਸਿਰਫ ਤੇ ਸਿਰਫ ਕਿਡਸ ਦੀ ਹੈ, ਇਹ ਸਾਰੀ ਸਵੈਟਸ਼ਰਟਾਂ ਸਿਰਫ ਬੱਚਿਆਂ ਦੀ ਹੈ ਤੇ ਅੱਗੇ ਵਰਾਇਟੀ ਵਰਾਇਟੀ ਲੱਗੀ ਹੋਈ ਹੈ, ਜੈਕਟਾਂ, ਲੋਅਰਸ, ਹਰ ਇੱਕ ਚੀਜ਼। ਤੇ ਤੁਸੀਂ ਹੁਣ ਤੁਸੀਂ ਵੀ ਜਾਣਦੇ ਹੋ ਕਿ ਜੇਕਰ ਤੁਸੀਂ ਸ਼ੋਪਿੰਗ ਕਰਨੀ ਹੈ ਘਰੇ ਬਹਿ ਕੇ ਤਾਂ ਤੁਸੀਂ ਸਕਰੀਨ 'ਤੇ ਦਿੱਤੇ ਗਏ ਨੰਬਰਾਂ 'ਤੇ ਵਟਸਐਪ ਰਾਹੀਂ, ਵੀਡੀਓ ਕਾਲ ਰਾਹੀਂ ਸ਼ੋਪਿੰਗ ਕਰ ਸਕਦੇ ਹੋ। ਤੇ ਜੇਕਰ ਤੁਸੀਂ ਆਉਣਾ ਤਾਂ ਤੁਸੀਂ ਆਉਣਾ ਐਨ ਵੀ ਸਟੋਰ ਮਲੇਰਕੋਟਲੇ ਦੇ ਵਿੱਚ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।